इतना दिया मेरी सरकार ने मुझको, इतनी मेरी औकात नहीं। क्या ये तो करम है मेरे अल्लाह का, मुझ में तो ऐसी कोई बात नहीं। माशाल्लाह, ठीक है, ऐ मेरे सरकार दा मेरे ते करम है, ओदी रहमत है। इंशाल्लाह साफ सुथरा काम करीदा है, उन्नी भी हो जांदी है। ठीक है, कोई जानवर भरा लै के जाते ने ਤੇ 19-20 ਦਾ ਕਿਲੋ ਤਾਂ ਕਿਲੋ ਦੋ ਤੱਕ ਫਰਕ ਪੈ ਜਾਂਦਾ ਹੈ। ਠੀਕ ਹੈ, ਤਾਂ ਸਾਰੀ ਗੱਲ ਅਸੀਂ ਤਾਂ ਫਰਾਜ਼ ਸਾਹਿਬ ਜਾਨਵਰਾਂ ਦੀ ਖਿਦਮਤ ਕਰੀ ਦੀ ਹੈ। ਠੀਕ ਹੈ, ਵੰਡਾ ਪਾਈ ਦਾ ਹਰ ਚੀਜ਼ ਪਾਈ ਦੀ ਹੈ, ਤਾਂ ਥੋੜ੍ਹਾ ਬਹੁਤਾ 19-20 ਹੋ ਜੇ, ਅਸੀਂ ਜਨਾਬ ਫਰਾਜ਼ ਸਾਹਿਬ ਫਿਰ ਵੀ ਜ਼ਿੰਮੇਦਾਰ ਹਾਂ। ਜਿਸ ਭਰਾ ਨੂੰ ਜਾਨਵਰ ਪਸੰਦ ਨਾ ਆਏ, ਅਸੀਂ ਵੀਡੀਓ 'ਚ ਕਹਿੰਦੇ ਹਾਂ ਅਸੀਂ ਉਹ ਜਾਨਵਰ ਦੇ ਪੈਸੇ ਵੀ ਵਾਪਸ ਦਵਾਂਗੇ। ਨਾ ਟੀਕੇ ਦੀ ਜ਼ਰੂਰਤ ਹੈ, ਨਾ ਪਹਾੜੇ ਦੀ ਖੰਘ। 7 ਕਿਲੋ ਦੁੱਧ, 6 ਕਿਲੋ ਦੁੱਧ ਦੀ ਗਰੰਟੀ ਹੈ। ਤੇ ਆਹ ਚੈੱਕ ਕਰੋ ਮਾਸ਼ਾਅੱਲਾ ਜੀ, ਸ਼ਰਾਫਤ ਵੀ ਦੋਸਤਾਂ ਵੇਖ ਲੈਣੀ ਹੈ। ਨੰਬਰ 1 ਤੇ ਚੈੱਕ ਕਰਾਨੇ ਆਪੇ ਜੀ। ਵੇਖੋ, ਕੋਈ ਪਹਾੜਾ ਨਹੀਂ, ਕੋਈ ਗੱਲ ਨਹੀਂ, ਬਾਤ ਨਹੀਂ। ਫਰਾਜ਼ ਸਾਹਿਬ ਇੱਕ ਹੋਰ ਮਜ਼ੇ ਦੀ ਗੱਲ ਦੱਸਾਂ ਜੀ ਜੀ, ਐਡੀ ਕਰਮ ਵਾਲੀ ਹੈ ਮੱਝ, ਕਿਸੇ ਹੋਰ ਦਾ ਬੱਚਾ, ਥੱਲੇ ਲਾ ਲਓ ਮੱਝ ਹਿੱਲੇਗੀ ਨਹੀਂ। ਠੀਕ ਹੈ, ਠੀਕ ਹੈ, ਲੇਕਿਨ ਸਾਨੂੰ ਤੇ ਅੱਲਾ ਦੀ, ਲੇਕਿਨ ਰਾਣਾ ਵਕਾਰ ਬ੍ਰਾਂਡ ਹੈ, ਗਲਤ ਕੰਮ ਨਹੀਂ ਕਰਨਾ, ਗਲਤ ਕੰਮ ਨਹੀਂ ਕਰਨਾ। ਅਜ਼ਮਾਇਸ਼ ਹੈ, ਅੱਲਾ ਦੀ ਜ਼ਾਤ ਪਾਕ, ਅਸੀਂ ਇਹ ਵੀ ਕਹਿ ਸਕਦੇ ਹਾਂ ਮੱਝ ਦਾ ਬੱਚਾ ਹੈ, ਮੱਝ ਝੜਦੀ ਪਈ, ਵੇਖੋ ਬੱਚਾ। ਠੀਕ ਹੈ, ਠੀਕ ਹੈ, ਆ ਬਸ ਥਣਾ ਤੂੰ ਜਿਹੜਾ ਨਾ ਧਾਰਾ ਮਾਰ ਕੇ ਚੈੱਕ ਕਰਵਾ ਦੋ ਅਰਬ ਸਾਹਿਬ। ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜੀ ਬੁੱਧ ਦਾ, ਤੇ ਇਸ ਟਾਈਮ ਸਿਆਲਕੋਟ ਦੀ ਸ਼ਾਨ ਨਾਮੁਰ ਬਾਇਤਮਾਦ ਤੇ ਮਾਸ਼ਾਅੱਲਾ ਜੀ ਜ਼ਿੰਦਾ ਦਿਲ ਵਪਾਰੀ ਰਾਣਾ ਵਕਾਰ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ। ਤੇ ਮਾਸ਼ਾਅੱਲਾ ਜੀ ਰਾਣਾ ਵਕਾਰ ਇੱਕ ਦਫਾ ਫਿਰ ਆ ਗਿਆ ਤੇ ਛਾ ਗਿਆ, ਮਿਹਨਤ ਕਰਕੇ ਦੋਸਤਾਂ ਵਾਸਤੇ 6 ਖੂਬਸੂਰਤ ਅਸਲੀ ਤੇ ਨਸਲੀ ਮੁਨਾਸਬ ਕੀਮਤ ਵਾਲੀਆਂ ਝੋਟੀਆਂ ਲੈ ਕੇ ਆਏ ਨੇ, ਜਿਨ੍ਹਾਂ 'ਚ ਮਾਸ਼ਾਅੱਲਾ ਜੀ 5 ਪਹਿਲਨ ਝੋਟੀਆਂ, ਇਸ ਤੋਂ ਇਲਾਵਾ 6-7 ਕਿਲੋ ਦੁੱਧ ਵਾਲੀ ਖੂਬਸੂਰਤ ਖਾਂਗੜ ਝੋਟੀ ਵੀ ਮੌਜੂਦ ਹੈ। ਕਮ ਅਜ਼ ਕਮ ਕੀਮਤ ਜੀ 2,10,000। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਖੜਾਕ ਵਾਲਾ ਰੇਟ ਹੈ ਉਹ ਵੀ ਮਲੂਮ ਕਰਨੇ ਆ। ਸਾਰੇ ਦੋਸਤਾਂ ਕੇ ਗੁਜ਼ਾਰਿਸ਼ ਹੈ ਜੀ, ਵੀਡੀਓ ਨੂੰ ਮੁਕੰਮਲ ਲਾਜ਼ਮੀ ਵੇਖਣਾ, ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਵੀ ਕਰਨਾ ਹੈ। ਰਾਣਾ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ ਜੀ। ਰਾਣਾ ਸਾਹਿਬ ਕੀ ਹਾਲ ਹੈ, ਠੀਕ ਹੋ ਜੀ? ਅੱਲਾ ਦਾ ਕਰਮ ਫਰਾਜ਼ ਭਾਈ, ਦੁਆਵਾਂ ਤੁਹਾਡੀਆਂ, ਅੱਲਾ ਪਾਕ ਦੀ ਬੜੀ ਰਹਿਮਤ ਫਰਾਜ਼। ਮਾਸ਼ਾਅੱਲਾ ਜੀ, ਰਾਣਾ ਸਾਹਿਬ ਪਿਛਲੀ ਵੀਡੀਓ ਦੋਸਤਾਂ ਨੇ ਕਾਫੀ ਪਸੰਦ ਕੀਤੀ ਹੈ, ਜਨਾਬ ਨੇ ਮਾਲ ਵੀ ਸੇਲ ਕੀਤਾ, ਪੂਰਾ ਖੜਾਕ ਹੀ ਕੀਤਾ ਹਜੇ। ਮਾਸ਼ਾਅੱਲਾ ਜੀ ਰੇਟ ਚੰਗੇ ਲਾਏ ਸਨ, ਆਲਰੇਡੀ ਸਾਰੇ ਦੋਸਤ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ। ਦੋਸਤਾਂ ਨੂੰ ਫਿਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ। ਡੇਰਾ ਫਰਾਜ਼ ਸਾਹਿਬ ਮੇਰਾ ਸਿਆਲਕੋਟ ਲਾਰੀ ਅੱਡੇ ਤੋਂ ਬਰਾਮਦੀ ਮੋੜ ਗੋਦਪੁਰ ਰੋਡ ਹੈ, ਏਅਰਪੋਰਟ ਰੋਡ ਜਿਹਨੂੰ ਆਉਂਦੇ ਨੇ, ਅਤੇ ਮੇਨ ਬੈਂਕ ਅਲਫਲਾ ਅਤੇ ਬੱਚਿਆਂ ਦਾ ਪ੍ਰਾਇਮਰੀ ਸਕੂਲ, ਉਹਦੇ ਵਿੱਚੋਂ ਰਸਤਾ ਨਿਕਲਦਾ ਹੈ ਅੱਗੇ, ਨਾਲ ਹੀ ਮੇਰਾ ਡੇਰਾ। ਉਸ ਤੋਂ ਬਾਅਦ ਬੰਗਲਾ ਚੌਂਕ ਸ਼ਬਾਜਪੁਰ ਵਾਲਾ ਪੁਲ ਸਿੱਧਾ ਰੋਡ ਆਉਂਦਾ, ਨਹਿਰ ਕ੍ਰਾਸ ਕਰਕੇ ਕਪੂਰੂ ਵਾਲੀ ਅੱਡਾ, ਅੱਡੇ ਦੇ ਵਿੱਚ ਬੱਚਿਆਂ ਦਾ ਪ੍ਰਾਇਮਰੀ ਸਕੂਲ, ਅਤੇ ਪਰਲੇ ਪਾਸੇ ਬੈਂਕ ਅਲਫਲਾ, ਉਹਦੇ ਵਿੱਚੋਂ ਰਸਤਾ ਨਿਕਲਦਾ ਹੈ। ਅਤੇ ਬਾਕੀ ਭਾਈਆਂ ਦਾ ਨੰਬਰ ਮੇਰੇ ਕੋਲ ਹੈ ਵੇ, ਉਹ ਰਾਬਤਾ ਕਰ ਲੈਣ, ਕੋਈ ਐਸਾ ਮਸਲਾ ਕੋਈ ਨਹੀਂ। ਜੀ ਰਾਣਾ ਸਾਹਿਬ, ਤੁਹਾਡੇ ਨੰਬਰ ਸਕਰੀਨ ਤੇ ਆ ਰਹੇ ਨੇ, ਅਗਰ ਦੋਸਤਾਂ ਨੂੰ ਕੋਈ ਪਰੇਸ਼ਾਨੀ ਹੋਏ ਤੇ ਰਾਬਤਾ ਕਰ ਸਕਦੇ ਨੇ। ਰਾਣਾ ਵਕਾਰ ਦਾ ਅੱਜ ਵੀ ਖੜਾ ਕੀ ਹੈ? ਫਰਾਜ਼ ਸਾਹਿਬ ਇਤਨਾ ਦਿਆ ਮੇਰੀ ਸਰਕਾਰ ਨੇ ਮੁਝਕੋ, ਇਤਨੀ ਮੇਰੀ ਔਕਾਤ ਨਹੀਂ। ਕਿਆ ਬਾਤ, ਉਹ ਕਰਮ ਹੈ ਮੇਰੇ ਅੱਲਾਹ ਕਾ, ਮੁਝ ਮੇ ਤੋ ਐਸੀ ਕੋਈ ਬਾਤ ਨਹੀਂ। ਮਾਸ਼ਾਅੱਲਾ, ਠੀਕ ਹੈ, ਇਹ ਮੇਰੇ ਸਰਕਾਰ ਦਾ ਮੇਰੇ ਤੇ ਕਰਮ ਹੈ, ਉਹਦੀ ਰਹਿਮਤ ਹੈ। ਠੀਕ ਹੈ, ਇਹ ਬੜਾ ਕਰਮ ਹੈ। ਮਾਰੇ ਦਾ ਕੈਮਰਾ, ਇਹ ਭਾਈ ਮੇਰੇ ਦਾ ਘਰ, ਠੀਕ ਹੈ, ਠੀਕ ਹੈ, ਇੱਥੇ ਦੂਸਰੇ ਭਾਈ ਦਾ ਘਰ ਹੈ, ਅਤੇ ਗਰੀਬ ਦੀ ਇਹ ਝੌਂਪੜੀ ਛੋਟੀ, ਠੀਕ ਹੈ,
ਠੀਕ ਹੈ, ਕੋਈ ਸਿਫਤ ਨਹੀਂ ਕਿ ਬੜੇ ਜਨਾਬ ਅਸੀਂ ਲੈਣ ਲਾਟ ਹਾਂ ਅਤੇ ਬੜੇ ਹਾਂ, ਠੀਕ ਹੈ। ਜਿਸ ਹਾਲ 'ਚ ਰੱਖੇ ਮੌਲਾ ਉਹਦੀ ਦਾਤ ਦਾ ਸ਼ੁਕਰ ਹੈ, ਜਿਸ ਹਾਲ 'ਚ ਰੱਖੇ ਉਹਦਾ ਸ਼ੁਕਰ ਹੈ। ਐਤਕੀ ਮਾਲ ਲੈਣ ਗਿਆ ਵਪਾਰ 'ਚ, ਉੱਥੇ ਗਿਆ ਵਾਂ, ਉੱਥੇ ਜਾ ਕੇ ਤੁਹਾਨੂੰ ਦੱਸਿਆ ਕਿ ਮਸਲਾ ਬਣ ਗਿਆ ਬੜਾ ਵੱਡਾ, ਅਤੇ ਉਮੀਦ ਨਹੀਂ ਸੀ ਕਿ ਮੈਂ ਬਚਾਂ। ਬਲੀਡਿੰਗ ਮੇਰੀ ਉੱਥੇ ਸ਼ੁਰੂ ਹੋ ਗਈ, ਠੀਕ, ਨਾ ਉੱਥੇ ਕੋਈ ਡਾਕਟਰ ਹੈ ਅਤੇ ਨਾ ਉੱਥੇ ਕੋਈ ਘੀਮ ਹੈ ਅਤੇ ਨਾ ਗੱਲ ਨਾ ਬਾਤ, ਇਹ ਉਹਦਾ ਕਰਮ ਹੀ ਹੈ ਫਰਾਜ਼ ਸਾਹਿਬ ਕਿ ਮੈਂ ਕਿਸ ਤਰ੍ਹਾਂ ਵਾਪਸ ਆਇਆ ਕਿਸ ਤਰ੍ਹਾਂ ਨਹੀਂ, ਠੀਕ ਹੈ। ਅਤੇ ਬਿਮਾਰੀ ਦੀ ਹਾਲਤ ਵਿੱਚ ਵੀ ਫਰਾਜ਼ ਸਾਹਿਬ ਤੁਹਾਡੇ ਸਾਹਮਣੇ ਬੜਾ ਚੰਗਾ ਸ਼ੋਅ ਕਰਾਈਦਾ, ਠੀਕ ਹੈ। ਅਤੇ ਸਾਡੇ ਭਰਾ ਬਿਆਨ ਕਰਦੇ ਸੀ ਕਿ ਜਿਹੜਾ ਵੀ ਮਾਲ ਲਿਆਂਦਾ ਨਾ ਉਹ ਆਉਂਦਾ ਜੀ ਮੇਰਾ ਮਾਲ ਸਾਰਿਆਂ ਨਾਲੋਂ ਉੱਚਾ, ਮੇਰਾ ਮਾਲ ਸਾਰਿਆਂ ਨਾਲੋਂ ਉੱਚਾ। ਅਸੀਂ ਤਾਰੀਫ ਉਸ ਮਾਲ ਦੀ ਕਰਦੇ ਹਾਂ, ਨਾ ਦੇ ਮਾਲ ਦੀ ਕਰਦੇ ਹਾਂ ਅਤੇ ਨਾ ਆਪਣੀ ਕਰਦੇ ਹਾਂ, ਠੀਕ ਹੈ। ਅਸੀਂ ਸਿਰਫ ਇਹ ਗੱਲ ਕਰਦੇ ਹਾਂ ਕਿ ਪੂਰੇ ਪੰਜਾਬ, ਪੂਰੇ ਪਾਕਿਸਤਾਨ 'ਚ ਮੇਰੇ ਵਰਗਾ ਕਿਸੇ ਦਾ ਰੇਟ ਹੋਵੇ ਅਤੇ ਜਨਾਬ ਮੈਂ ਉਸ ਵਜ੍ਹਾ ਨੂੰ ਅਜ਼ਮਤ ਫਰਮ ਕਰਾਂਗਾ, ਕਿਉਂਕਿ ਮੇਰੇ ਪਿੱਛੇ ਮੇਰੇ ਪੀਰ ਬਾਦਸ਼ਾਹ ਦਾ ਹੱਥ, ਉਹ ਸਰਕਾਰ ਦੀ ਦੁਆ, ਠੀਕ ਹੈ। ਅਤੇ ਬਾਕੀ ਫਰਾਜ਼ ਸਾਹਿਬ ਬਹੁਤੀਆਂ ਸਿਫਤਾਂ ਕੀਤੀਆਂ, ਬਹੁਤੀਆਂ ਗੱਲਾਂ ਨਹੀਂ ਕੋਈ ਵੀ, ਠੀਕ ਹੈ। ਇਨਸ਼ਾਅੱਲਾ ਸਾਫ਼ ਸੁਥਰਾ ਕੰਮ ਕਰੀਦਾ, ਉੱਨੀ ਵੀ ਹੋ ਜਾਂਦੀ ਹੈ, ਠੀਕ ਹੈ। ਕੋਈ ਜਾਨਵਰ ਭਰਾ ਲੈ ਕੇ ਜਾਂਦੇ ਨੇ ਅਤੇ ਕੋਈ 19-20 ਦਾ ਕਿਲੋ, ਅੱਧਾ ਕਿਲੋ, ਦੋ ਤੱਕ ਫਰਕ ਪੈ ਜਾਂਦਾ, ਠੀਕ ਹੈ। ਤਾਂ ਸਾਰੀ ਗੱਲ ਅਸੀਂ ਤਾਂ ਫਰਾਜ਼ ਸਾਹਿਬ ਜਾਨਵਰਾਂ ਦੀ ਖਿਦਮਤ ਕਰੀਦੀ ਹੈ, ਠੀਕ ਹੈ। ਵੰਡਾ ਪਾਈਦਾ, ਹਰ ਚੀਜ਼ ਪਾਈਦੀ ਹੈ, ਅਤੇ ਥੋੜ੍ਹਾ ਬਹੁਤਾ 19-20 ਹੋ ਜਾਏ, ਅਸੀਂ ਜਨਾਬ ਫਰਾਜ਼ ਸਾਹਿਬ ਫਿਰ ਵੀ ਜ਼ਿੰਮੇਦਾਰ ਹਾਂ। ਜਿਸ ਭਰਾ ਨੂੰ ਜਾਨਵਰ ਪਸੰਦ ਨਾ ਆਏ, ਅਸੀਂ ਵੀਡੀਓ 'ਚ ਕਹਿੰਦੇ ਹਾਂ ਅਸੀਂ ਉਹ ਜਾਨਵਰ ਦੇ ਪੈਸੇ ਵੀ ਵਾਪਸ ਦਵਾਂਗੇ। ਇੱਕ ਹੁੰਦਾ ਨਾ ਕਿ ਜਾਨਵਰ ਚੇਂਜ ਕਰ ਲਓ, ਠੀਕ ਹੈ, ਕਿ ਫਰਾਡ ਕਰ ਲਓ ਕਿ ਇਹ 2-3 ਲੱਖ ਦੀ ਮੱਝ ਬੰਦਾ ਲੈ ਕੇ ਗਿਆ, ਇਹ ਮੱਝ ਪਸੰਦ ਨਹੀਂ ਆਈ, ਅੱਗੋਂ ਦੇਣੀ ਹੈ 2.5 ਲੱਖ ਦੀ, ਅਤੇ 50,000 ਉਹ ਬੰਦੇ ਕੋਲ ਫਿਰ ਲੈ ਲੈਣਾ, ਠੀਕ ਹੈ। ਉਹ ਸਾਡੇ ਚੱਕਰ ਕੋਈ ਨਹੀਂ, ਕੋਈ ਵੀ ਅਸੀਂ ਐਲਾਨੀਆ ਗੱਲ ਕਰਦੇ ਹਾਂ, ਜਿਹੜਾ ਬੰਦਾ ਜਦੋਂ ਜਾਨਵਰ ਲੈ ਕੇ ਜਾਏ ਪਸੰਦ ਨਾ ਆਏ, 5 ਦਿਨ 7 ਦਿਨ 10 ਦਿਨ ਤੱਕ ਅਸੀਂ ਫਰਾਜ਼ ਸਾਹਿਬ ਜਾਨਵਰ ਵਾਪਸ ਲੈਣ ਨੂੰ ਤਿਆਰ ਹਾਂ, ਅਸੀਂ ਉਹਦੀ ਪੇਮੈਂਟ ਵੀ ਅਦਾ ਕਰਾਂਗੇ ਜੀ, ਠੀਕ ਹੈ। ਬਾਕੀ ਫਰਾਜ਼ ਸਾਹਿਬ ਮੇਰੇ ਮਾਲ ਦੀ ਤਸੱਲੀ ਕਰਾਓ, ਠੀਕ ਹੈ। ਅਤੇ ਇਨਸ਼ਾਅੱਲਾ ਰੇਟ ਇਨਸ਼ਾਅੱਲਾ ਅਸੀਂ ਵੀ ਫਰਾਜ਼ ਸਾਹਿਬ ਮੁੱਲ ਲੈ ਕਹਿੰਦੇ ਹਾਂ, ਲੇਕਿਨ ਕੋਸ਼ਿਸ਼ ਹੈ ਜੀ ਕਿ ਬਸ ਥੋੜ੍ਹਾ ਮਾਰਜਨ ਦਾਣੇ ਚੁਗਣਾ ਇਨਸ਼ਾਅੱਲਾ, ਅੱਲਾ ਖੈਰ ਕਰੇ, ਇਨਸ਼ਾਅੱਲਾ ਕਰਾਈਏ ਸ਼ੋਕ ਜੀ ਫਰਾਜ਼ ਸਾਹਿਬ। ਆਓ ਜੀ ਆਰਫ ਸਾਹਿਬ, ਝੋਟੀ ਨੰਬਰ 1 ਲਿਆਓ, ਮਾਸ਼ਾਅੱਲਾ ਜੀ ਟੋਟਲ 6 ਨੇ, ਕਾਂਗੜ ਵੀ ਹੈਵੇ, ਰੇਟ ਵੀ ਖੜਾ ਕੇ ਲਿਆਉਂਦੇ, ਦੋਸਤਾਂ ਜਾਨਵਰ ਵੀ ਚੈੱਕ ਕਰਨੇ ਨੇ ਤੇ ਰੇਟ ਵੀ ਵੇਖ ਲੈ। ਮਾਸ਼ਾਅੱਲਾ ਜੀ ਝੋਟੀ ਨੰਬਰ 1 ਆ ਗਈ ਹੈ ਵੀ ਖਾਂਗੜ ਤੇ ਖੂਬਸੂਰਤ ਖਾਂਗੜ, ਕੋਈ ਜ਼ਿਆਦਾ ਸੂਆਂ ਚ ਨਹੀਂ ਰਾਣਾ ਸਾਹਿਬ, ਸੂਆ ਪਹਿਲਾਂ ਜੀ ਜੀ ਫਰਾਜ਼ ਸਾਹਿਬ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਇਹੋ ਜੀ ਖਾਂਗੜ ਝੋਟੀ ਮਿਲੇ ਤੇ ਮਜ਼ਾ ਫੇਰ ਹੀ ਹੁੰਦਾ, ਜਿਹੜੇ ਦੋਸਤ ਲੈ ਕੇ ਜਾਣ ਦੇ ਕੋਈ 2-4 ਸੂਏ ਕੋਲ ਵੀ ਰੱਖਣ ਤੇ ਪਤਾ ਚੱਲੇ ਕਿ ਕੋਈ ਜਾਨਵਰ ਲਿਆ। ਆਰਫ ਸਾਹਿਬ ਦਾ ਚਿਹਰਾ ਸਾਹਮਣੇ ਕਰਨਾ ਮਾਸ਼ਾਅੱਲਾ ਜੀ, ਦੋਵਾਂ ਅੱਖਾਂ ਦੀ ਰੰਗਤ ਸੇਮ ਹੈ, ਕਾਲੀਆਂ ਅੱਖਾਂ ਨੇ, ਚਿਹਰਾ ਵੀ ਦੋਸਤਾਂ ਵੇਖਣਾ, ਝੋਟੀ ਨੰਬਰ 1 ਖਾਂਗੜ ਝੋਟੀ ਮਾਸ਼ਾਅੱਲਾ ਜੀ ਕੈਮਰੇ 'ਚ ਮੁਕੰਮਲ ਨਜ਼ਰ ਆ ਰਹੀ ਹੈ, ਤੁਹਾਨੂੰ ਵੀ ਦੋਸਤਾਂ ਵੇਖ ਲੈਣੇ ਨੇ। ਰਾਣਾ ਸਾਹਿਬ ਦੁੱਧ ਕਿੰਨਾ ਕਿਹਦੇ ਕੋਲ? ਰਾਣਾ ਸਾਹਿਬ ਦੁੱਧ ਦੇਖੋ 7 ਕਿਲੋ ਜੇ ਪੱਕਾ, 6 ਕਿਲੋ ਦੀ ਗਰੰਟੀ ਜੇ, ਠੀਕ ਹੈ। 1.5 ਮਹੀਨਾ ਹੋ ਚਲਾ ਜੇ ਐਗਜ਼ੈਕਟ 100 ਰਿਆਂ, ਠੀਕ, 1.5 ਮਹੀਨਾ ਹੋ ਗਿਆ, ਕ੍ਰਾਸ ਵੀ ਹੋ ਗਈ ਹੈ, ਦੁੱਧ 7 ਕਿਲੋ ਵਿੱਚ 6 ਕਿਲੋ ਦੁੱਧ ਦੀ ਗਰੰਟੀ ਹੈ, ਤੁਹਾਨੂੰ ਵੀ ਦੋਸਤਾਂ ਵੇਖਣੇ ਨੇ। ਆਰਫ ਸਾਹਿਬ ਜ਼ਰਾ ਲੰਮਾ ਢੋਰ ਕੇ ਅੰਦਰ ਚੱਕਰ ਲਵਾਇਓ, ਲੋ ਦੋਸਤੋ ਸੁਬਾ ਪਹਿਲਾਂ ਸੂਈ ਹੈ ਮਾਸ਼ਾਅੱਲਾ ਜੀ, ਬਰੀਕ ਫੂਸ਼ਲ ਹੈ, ਮੁਕੰਮਲ ਦੋਸਤਾਂ ਨਜ਼ਾਰਾ ਕਰਨਾ, ਪੁੱਠਾ ਵੀ ਚੈੱਕ ਕਰਾ ਦਿੰਦੇ ਹਾਂ, ਨੰਬਰ ਆ ਗਈ ਹੈ 1 ਤੇ ਦੁੱਧ ਹੈ 7 ਕਿਲੋ ਵਿੱਚ 6 ਕਿਲੋ ਦੀ ਗਰੰਟੀ ਹੈ। ਮਕਸਦ ਹੈ ਵੀ ਕਿਸੇ ਦੇ ਘਰ ਜਾਏ ਅਤੇ ਜਾ ਕੇ ਕੋਈ 1/2 ਕਿਲੋ ਜ਼ਿਆਦਾ ਹੀ ਕਰੇ, ਤੇ 1.5 ਮਹੀਨਾ ਹੋ ਗਿਆ ਰਾਣਾ ਸਾਹਿਬ, ਹੁਣ 1.5 ਮਹੀਨੇ ਦੀ ਗਰੰਟੀ ਦੇਣੀ ਹੈ ਜਾਂ ਦੋਸਤਾਂ ਦੀ ਕਿਸਮਤ ਦੇਖੋ। ਇਹ ਝੋਟੀ ਦਾ ਥਣ ਪਿੱਛਲਾ ਉਹ ਜੋ ਧਾਰਾਂ 5-7 ਘੱਟ ਨੇ। ਅੱਛਾ, ਇਹ ਬਹਿਣੀ ਵਾਲਾ ਸਾਈਡ ਵਾਲਾ ਜਾਂ ਦੂਸਰਾ? ਨਹੀਂ, ਬਹਿਣੀ ਵਾਲੇ ਸਾਈਡ ਦਾ। ਅੱਛਾ, ਬਾਕੀ ਥਣ ਅਲਹਮਦੁਲਿਲਾ ਪਸੰਦ ਹੈ, ਥਣ 1/2 ਤੋਂ ਜ਼ਿਆਦਾ ਹੈ, ਧਾਰਾਂ 5-7 ਘੱਟ ਨੇ, ਠੀਕ ਹੈ। ਕੱਲ ਜਿਹੜੀ ਦੱਸਾਂਗੇ ਕੀ ਸੱਚੀ ਹੋਏਗੀ। ਜ਼ਿੰਦਾਬਾਦ। ਸਾਡਾ ਆਪਣਾ ਦੂਸਰੇ ਡੇਰੇ ਤੇ ਕੱਟਾ ਹੈ, ਰਾਤੀ ਉੱਥੋਂ ਮੱਝ ਮੰਗਵਾਈਏ ਬੂਟੇ ਦੇ ਡੇਰੇ ਤੋਂ, ਠੀਕ ਹੈ। 1.5 ਮਹੀਨਾ ਚਲਾਇਆ, ਐਗਜ਼ੈਕਟ ਮੱਝ ਨੂੰ 100 ਰਿਆਂ, ਠੀਕ ਹੈ, ਕੱਟਾ ਉਹਨੇ ਰੱਖਿਆ ਜਿਹਦੀ ਕਿ ਕੀਮਤ ਹੈ ਮੇਰਾ ਹਲੇ
35 ਚੋਂ 40 ਲੱਖ ਰੁਪਇਆ ਹੈ। ਠੀਕ ਹੈ, ਬੜਾ ਅੱਛਾ ਨਸਲੀ ਕੱਟਾ ਹੈ। ਮੱਝ ਅੱਲ੍ਹਾ ਨੇ ਫਸਲ ਜਿਹੜੀ ਕਰਦਾ ਉਹ ਮੱਝ ਕ੍ਰਾਸ ਹੁੰਦੀ ਹੈ ਅਤੇ ਉਹ ਇਨਸ਼ਾਲਾ ਖਲੋਂਦੀ ਹੈ। ਬਰੀਡਰ ਪੂਰਾ, ਬਰੀਡਰ ਪੂਰਾ ਠੀਕ ਹੈ। ਉਸ ਕੱਟੇ ਕੋਲ ਮੱਝ ਹੋਈ ਹੈ, ਅੱਲ੍ਹਾ ਦੇ ਘਰ ਦੀ 100 ਚੋਂ 100% ਉਮੀਦ ਹੈ ਕਿ ਮੱਝ ਮੇਰੀ ਗੱਭਣ ਹੈ ਇਨਸ਼ਾਲਾ। ਬਾਕੀ ਮੈਂ ਬਿਮਾਰ ਆਦਮੀ ਹਾਂ, ਮੈਂ ਗਲਤ ਬਿਆਨੀ ਨਹੀਂ ਕਰਦਾ। ਝੋਟੀ ਸੌਰੀ ਹੈ, ਝੋਟੀ ਨੇ ਫੁੱਟ ਸੁੱਟੇ ਨੇ, ਅੱਗੋਂ ਨਸੀਬ। ਠੀਕ ਹੈ, ਅਸੀਂ ਮਤਲਬ ਕਿ ਇਹ ਵੀ ਕਹਿ ਸਕਦੇ ਹਾਂ ਕਿ ਸੌਰੀ ਕੋਈ ਨਹੀਂ ਕੋਈ। ਠੀਕ ਹੈ, ਲੇਕਿਨ ਐਗਜੈਕਟ 2-1.5 ਮਹੀਨਾ ਸੌਰਿਆ ਹੋ ਚੱਲਾ। ਠੀਕ ਹੈ, ਬਾਕੀ ਵੈਸੇ 2 ਮਹੀਨੇ ਦੀ ਮੱਝ ਚੈੱਕ ਵੀ ਹੋ ਜਾਂਦੀ, ਕੋਈ 15-20 ਦਿਨ ਹੋਰ ਨੇ। ਠੀਕ ਹੈ, ਦੁੱਧ ਝੋਟੀ ਮੇਰੀ ਕਰੇਗੀ 9 ਤੋਂ 10 ਕਿਲੋ। ਠੀਕ ਹੈ, ਉਹਦਾ ਸਾਡੇ ਕੋਲ ਤਾਂ ਇਹ ਪੱਟੇ ਛੱਟੇ ਕੋਈ ਨਹੀਂ ਕੋਈ ਵੀ। ਉਸ ਤੋਂ ਬਾਅਦ ਫਲਾਹ ਸਾਹਿਬ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਾਂ, 3 ਮਹੀਨੇ ਦੀ ਐਗਜੈਕਟ ਮੱਝ ਸੂਈ ਹੈ। ਇਹ ਤੁਹਾਡੀ ਵੀਡੀਓ ਵਿੱਚ ਮੈਂ ਮੱਝ ਪਾਈ ਸੀ, 3 ਮਹੀਨੇ ਦੇ ਸਵਾ 3 ਮਹੀਨੇ ਵੀ ਨਹੀਂ ਹੋਏ। ਠੀਕ ਹੈ, 1.5 ਮਹੀਨੇ ਬਾਅਦ ਮੱਝ ਸੌ ਗਈ ਹੈ। ਕੋਈ ਲੰਮਾ ਚੌੜਾ ਇਹਦਾ ਸੂਆ ਨਹੀਂ ਕਿ ਇਹ ਬਹੁਤ ਲੰਮੀ ਖੰਗੜੀ ਹੈ। 3 ਮਹੀਨੇ ਦੀ ਮੱਝ ਸੂਈ ਹੈ, 1.5 ਮਹੀਨੇ ਦੀ ਮੱਝ ਗੱਭਣ ਹੈ, 7 ਕਿਲੋ ਦੁੱਧ ਹੈ, 6 ਕਿਲੋ ਦੀ ਗਰੰਟੀ ਹੈ। ਕੀਮਤ ਕੀ ਹੈ ਫਰਾਜ਼ ਸਾਹਿਬ? ਕੀਮਤ ਇਹਦੀ ਤਾਂ ਭਾਵੇਂ ਲਾ ਲਓ 2.75 ਲੱਖ। ਠੀਕ ਹੈ, ਗੁਜਰਾਤ ਵਾਲੇ ਪਾਸੇ ਉਹ ਬਾਂਦਰੀਆਂ ਦਾ ਲਾਉਂਦੇ ਨੇ 2,80,000 ਅਤੇ 2.5 ਲੱਖ। ਫਰਾਜ਼ ਸਾਹਿਬ ਮੱਝ ਦੇਖਣ ਨਹੀਂ ਹੈ ਤਾਂ ਰੇਟ ਹੋਏਗਾ ਫਾਈਨਲ 2,10,000 ਜੀ, ਜ਼ਬਰਦਸਤ ਹੋ ਗਿਆ ਮਾਸ਼ਾਅੱਲਾ ਜੀ। ਪਹਿਲਾਂ ਖੂਬਸੂਰਤ ਝੋਟੀ ਹੈ, ਖਾਂਗੜ ਹੈ, 7 ਕਿਲੋ ਦੁੱਧ ਹੈ, 1.5 ਮਹੀਨਾ ਹੋ ਗਿਆ, ਕਰਾਸੀ ਹੋਈ ਹੈ। ਥੱਲੇ ਪਿਓ ਨਾ ਇਹਨੂੰ ਲਾਉਣਾ ਜੇ ਟੀਕਾ। ਅੱਛਾ, ਠੀਕ ਹੈ, ਤੇ ਨਾ ਇਹਨੂੰ ਪਾਉਣਾ ਜੇ ਪਹਾੜਾ। ਠੀਕ ਹੈ, ਇਹ ਚੈੱਕ ਕਰੋ ਜੀ, ਸ਼ਰਾਫਤ ਦੋਸਤਾਂ ਵੇਖਣੀ ਹੈ। ਚੌਵਾਂ ਥਾਣੇ ਅਰਥਾ ਧਾਰਾ ਮਾਰਿਓ ਜੀ, ਬਿਹਤਰ ਹੋ ਗਿਆ। ਇੱਥੇ ਪਸੰਦ ਜਾਣੀ ਹੈ ਜੇ ਨਾ ਟੀਕੇ ਦੀ ਜ਼ਰੂਰਤ ਹੈ, ਨਾ ਪਹਾੜੇ ਦੀ ਖਾਂਗੜ ਹੈ, 7 ਕਿਲੋ ਦੁੱਧ ਹੈ, 6 ਕਿਲੋ ਦੁੱਧ ਦੀ ਗਰੰਟੀ ਹੈ। ਤੇ ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਸ਼ਰਾਫਤ ਵੀ ਦੋਸਤਾਂ ਵੇਖ ਲੈਣੀ ਹੈ। ਨੰਬਰ 1 ਤੇ ਚੈੱਕ ਕਰਾਨੇ ਆਪੇ ਜੀ, ਵੇਖੋ ਕੋਈ ਪਹਾੜਾ ਨਹੀਂ, ਕੋਈ ਗੱਲ ਨਹੀਂ, ਬਾਤ ਨਹੀਂ। ਫਰਾਜ਼ ਸਾਹਿਬ ਇੱਕ ਹੋਰ ਮੱਝ ਦੀ ਗੱਲ ਦੱਸਾਂ ਜੀ ਜੀ, ਐਡੀ ਕਰਮਾ ਲਈ ਇਹ ਮੱਝ ਕਿਸੇ ਹੋਰ ਦਾ ਬੱਚਾ, ਥੱਲੇ ਲਾ ਲਓ ਮੱਝ ਹਿੱਲੇਗੀ ਨਹੀਂ। ਠੀਕ ਹੈ, ਠੀਕ ਹੈ, ਲੇਕਿਨ ਸਾਨੂੰ ਤੇ ਅੱਲਾ ਦੀ, ਲੇਕਿਨ ਰਾਣਾ ਵਕਾਰ ਬ੍ਰਾਂਡ ਹੈ, ਗਲਤ ਕੰਮ ਨਹੀਂ ਕਰਨਾ, ਗਲਤ ਕੰਮ ਨਹੀਂ ਕਰਨਾ, ਅਜ਼ਮਾਇਸ਼ ਹੈ, ਅੱਲਾ ਦੀ ਜ਼ਾਤ ਪਾ ਕੇ। ਅਸੀਂ ਇਹ ਵੀ ਕਹਿ ਸਕਦੇ ਹਾਂ ਮੱਝ ਦਾ ਬੱਚਾ, ਮੈਂ ਝੜਦੀ ਪਈ ਵੇਖੋ ਬੱਚਾ। ਠੀਕ ਹੈ, ਠੀਕ ਹੈ, ਆ ਬਸ ਥਣਾ ਤੂੰ ਜਿਹੜਾ ਨਾ ਧਾਰਾ ਮਾਰ ਕੇ ਚੈੱਕ ਕਰਵਾ ਹੜੋ ਅਰਤ ਸਾਹਿਬ, ਮੈਂ ਇਹਦੀ ਚੁਆਈ ਵੀ ਵਹਾਵਾਂਗਾ ਇਨਸ਼ਾਅੱਲਾ ਤੁਹਾਨੂੰ। ਠੀਕ ਹੈ, ਠੀਕ ਹੈ, ਲੇਕਿਨ ਇਹ ਧਾਰਾ ਤੁਸੀਂ ਮਾਰੋ, ਥਣ ਵੇਖੋ, ਇਹ ਚੈੱਕ ਕਰੋ ਮਾਸ਼ਾਅੱਲਾ। ਠੀਕ ਹੈ ਜਨਾਬ, ਕਿੰਨੀ ਕਿੰਨੀ ਮੋਟੀ ਧਾਰ ਚੋਂ ਆਉਣੀ। ਠੀਕ ਹੈ, ਦੂਸਰੇ ਵੀ ਚੈੱਕ ਕਰਾ ਲਓ, ਜੀ ਬਿਹਤਰ ਹੋ ਗਿਆ। ਠੀਕ ਹੈ ਰਾਣਾ ਸਾਹਿਬ, ਕੀਮਤ 2,10,000 ਤੇ 2,00,000 ਰੁਪਏ ਦੀ। ਫਰਾਜ਼ ਸਾਹਿਬ ਇਹਦੇ ਥੱਲੇ ਦੁੱਧ ਪਾ ਵੀ ਨਾ ਹੋਵੇ, ਕਸਾਈ ਵੀ 2,00,000 ਰੁਪਏ ਦੀ ਹੈ ਜੀ, ਬਿਹਤਰ ਹੋ ਗਿਆ। ਅੱਗੇ ਲਿਆਓ ਜੀ ਨੰਬਰ 2 ਵਾਲੀ, ਅੱਗੇ ਆ ਗਈ ਮਾਸ਼ਾਅੱਲਾ ਜੀ ਝੋਟੀ ਨੰਬਰ 2। ਆਰਫ ਸਾਹਿਬ ਜ਼ਰਾ ਸਿੱਧੀ ਕਰਿਓ ਮਾਸ਼ਾਅੱਲਾ ਜੀ, ਖੂਬਸੂਰਤੀ ਦੋਸਤਾਂ ਚੈੱਕ ਕਰਾਈ ਹੈ, ਚੈੱਕ ਕਰੋ ਮਾਸ਼ਾਅੱਲਾ ਜੀ, ਨਫਾਸਤ ਦੋਸਤਾਂ ਵੇਖਣੀ ਹੈ, ਚਿਹਰਾ ਵੀ ਇਹਦਾ ਸਾਹਮਣੇ ਕਰਨਾ ਜੀ, ਦੋਵਾਂ ਅੱਖਾਂ ਦੀ ਇਹਦੀ ਵੀ ਰੰਗਤ ਸੇਮ ਹੈ, ਜ਼ਰਾ ਚਿਹਰਾ ਸਾਹਮਣੇ ਕਰ ਦਿਓ ਜੀ। ਜੀ ਰਾਣਾ ਸਾਹਿਬ, ਕਿਨਵਾਂ ਸੂਆ ਜੀ ਝੋਟੀ ਦਾ? ਫਰਾਜ਼ ਸਾਹਿਬ ਪਹਿਲਾਂ ਸੂਏ ਕੱਟੀ ਜੀ। ਅੱਛਾ, ਮੂੰਹ ਦੀ ਚੌਗੀ ਜੀ ਫਰਾਜ਼ ਸਾਹਿਬ, 4 ਦੰਦ ਮਾਸ਼ਾਅੱਲਾ ਜੀ, ਕਿਦੋਂ ਦੀ ਸੂਈ ਹੈ ਫਰਾਜ਼ ਸਾਹਿਬ? ਨੂੰ 10-15 ਹੋ ਗਏ, 10-15 ਦਿਨ ਹੋ ਗਏ ਨੇ ਸੂਆ ਪਹਿਲਾਂ ਵੇ, 4 ਦੰਦ ਦੇ ਥਣ ਵੀ ਦੋਸਤਾਂ ਵੇਖਣੇ ਨੇ, ਧੁੰਨੀ ਦਾ ਵੀ ਨਿਸ਼ਾਨ ਹੀ ਮਾਸ਼ਾਅੱਲਾ ਜੀ, ਲਿਬਾਸ ਵੀ ਦੋਸਤਾਂ ਚੈੱਕ ਕਰਾ ਦਿੰਦੇ ਆ ਰਾਣਾ ਸਾਹਿਬ, ਤੇ ਸੂਆ ਪਹਿਲਾਂ ਦੱਸ ਦਿਓ ਪਏ ਦੁੱਧ ਕਿੰਨਾ ਇਹਦੇ ਕੋਲ? ਫਰਾਜ਼ ਸਾਹਿਬ ਦੁੱਧ ਦੇ 10 ਕਿਲੋ ਜੇ। ਅੱਛਾ, ਲੇਕਿਨ ਅਸੀਂ ਇਹਦੀ ਗਰੰਟੀ ਦਾਂਗੇ 8-9 ਕਿਲੋ ਦੀ। ਅੱਛਾ, ਦੁੱਧ ਹੈ 10 ਕਿਲੋ ਵੇ, 8-9 ਕਿਲੋ ਦੁੱਧ ਦੀ ਗਰੰਟੀ ਹੋਏ ਦੀ। ਨੰਬਰ 2 ਤੇ ਚੈੱਕ ਕਰਾਨੇ ਆਪੇ, ਪਹਿਲਾਂ ਨੇ ਮਾਸ਼ਾਅੱਲਾ ਜੀ, ਰਵੇਲ ਵੀ ਦੋਸਤਾਂ ਵੇਖ ਲੈਣੀ ਹੈ, 4 ਦੰਦ ਦੇ ਖਿਲਾਰੇ ਆਰਫ ਸਾਹਿਬ ਇੱਥੇ। ਫਰਾਜ਼ ਸਾਹਿਬ ਧੁੰਨੀ ਕੋਨੀ, ਕੋਲੀ ਕੋਨੀ, ਥਣ ਮੁੱਠੀ ਥਣ, ਠੀਕ ਹੈ, ਕੋਲੀ ਵੀ ਦੋਸਤਾਂ ਵੇਖਣੀ ਹੈ, ਧੁੰਨੀ ਕੋਨੀ, ਸਿਆਹ ਕਾਲੀ ਝੋਟੀ ਹੈ, ਪੁਸ਼ਲ ਦੇ 4 ਵਾਲ ਚ ਸਫੇਦ ਨੇ, ਠੀਕ ਹੈ, ਪੁਸ਼ਲ ਹੈ, ਪਿਓਰ ਦਰਿਆ ਦੀ ਨਸਲ ਹੈ ਫਰਾਜ਼ ਸਾਹਿਬ, ਠੀਕ ਹੈ, ਬਰੀਕੀ ਬੜੀ ਮਾਸ਼ਾਅੱਲਾ ਜੀ, ਬੜੀ ਹੈ, ਖੂਬਸੂਰਤੀ ਬੜੀ ਹੈ ਜੀ ਜੀ, ਤੇ ਰੇਟ ਇਹਦਾ ਜਿਹੜਾ ਦਾਂਗੇ ਅੱਲਾ ਦਾ ਫਜ਼ਲ ਨਾਲ ਖਾਣੀ ਦਾ ਚੇਤਰ ਤੇ ਜਾ ਕੇ ਵੀ ਜਾਨਵਰ
ਜਿਹਨੇ ਦੀ ਹੁਣ ਖੜਨ ਕੇ ਚੇਤਰ ਜਾ ਕੇ ਬੰਦਾ ਮੈਨੂੰ ਵਾਪਸ ਹੋਣੀ ਕਰ। ਠੀਕ ਹੈ, ਜਾ ਤੇ ਲੈ ਚਲਿਓ ਅਰਫ ਸਾਹਿਬ। ਨੰਬਰ 2 ਤੇ ਚੈੱਕ ਕਰਾਈਏ, ਪਹਿਲਨ ਝੋਟੀ ਮਾਸ਼ਾਅੱਲਾ ਜੀ, ਤੇ ਦੁੱਧ 10 ਕਿਲੋ ਵੇ 9 ਤੋਂ 8 ਤੋਂ 9 ਕਿਲੋ ਦੀ ਗਰੰਟੀ ਦਿੱਤੀ ਹੈ। ਜਾ ਕੇ ਪਿੱਛੇ ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਲਿਬਾਸ ਦੋਸਤਾਂ ਫਿਰ ਵੇਖ ਲੈਣਾ ਵੇ, ਪੁੱਠਾ ਵੀ ਚੈੱਕ ਕਰਨਾ, ਕਰਮ ਵਾਲੀਆਂ ਵੀ ਦੋ ਨੇ, ਇਹ ਪਿੱਛੇ ਤੇ ਕੱਟੀ ਹੈ ਮਾਸ਼ਾਅੱਲਾ ਜੀ। ਜਾ ਵੀ ਦੋਸਤਾਂ ਵੇਖਣਾ। ਠੀਕ ਹੈ ਅਰਫ ਸਾਹਿਬ, ਲੈ ਕੋ ਜੀ ਤੇ ਇਨਸ਼ਾਅੱਲਾ ਰੇਟ ਸਵਾਲ ਸਾਹਿਬ ਜਿਹੜਾ ਇਨਸ਼ਾਅੱਲਾ ਜੀ ਤਾਂ ਮੁਨਾਸਬ ਹੋਏਗਾ। ਠੀਕ ਹੈ, ਛੋਟੀ 12-13 ਰੁਪਏ ਕਹਿੰਦੇ ਕਿ ਰਾਣਾ ਸਾਹਿਬ ਕੱਟੀ ਵੀ ਸਾਹਮਣੇ ਕਰੋ। ਹਾਂ ਮਾਸ਼ਾਅੱਲਾ ਜੀ, ਦੇਖੋ ਭਰਾ ਸਾਹਿਬ, ਇਹ ਮਾੜੀ ਹੈ, ਜ਼ਰਾ ਦੋਸਤਾਂ ਨੂੰ ਵੀ ਚੈੱਕ ਕਰਾਓ। ਜੀ ਜੀ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਇਹ ਪਿੱਛੇ ਤੇ ਕੱਟੀ ਹੈ। ਜਾ ਵੀ ਦੋਸਤਾਂ ਵੇਖ ਲੈਣਾ। ਆਓ ਜੀ ਰਾਣਾ ਸਾਹਿਬ, ਝੋਟੀ ਨੰਬਰ 2 ਦਾ ਰੇਟ ਲਾਓ। ਭਰਾ ਸਾਹਿਬ, ਝੋਟੀ ਮੈਂ ਕਹਿ ਰਿਹਾ ਵਾਂ ਕਿ ਜਿੰਨੇ ਦੀ ਬੰਦਾ ਬਿਲਕੁਲ ਲੈ ਕੇ ਜਾਏਗਾ ਚੇਤਰ ਜਾ ਕੇ ਮੇਰਾ ਉਹਦਾ ਵਾਧਾ ਰਿਹਾ। ਖਿਲਾ ਰਿਹਾ ਜੀ, ਇੱਕ ਮਿੰਟ ਆਰਫ ਸਾਹਿਬ, ਖਿਲਾ ਰਿਹਾ ਰਾਣਾ, ਲਾਸੀ ਦੀ ਕਰਾਇਓ ਲੇਕਿਨ ਭਰਾ ਜਿਹੜੇ ਨਾ ਉਹ ਥੋੜਾ ਜਾ ਮੈਂ ਉਹਨਾਂ ਤੋਂ ਨਾਰਾਜ਼ ਹੀ ਸਮਝ ਲਓ, ਉਹ ਫੇਰ ਵੀ ਬੜੀ ਬਹਿਸ ਕਰਦੇ ਨੇ। ਐ ਵੇਖੋ, ਐ ਬਹਾਨਾ ਛੋਟੀ ਦਾ, ਵੇਖੋ ਐ ਚੈੱਕ ਕਰੋ ਮਾਸ਼ਾਅੱਲਾ, ਖੂਬ 8-8 ਤੋਂ 9 ਜੀ, ਤੇ ਫੇਰ ਵੀ ਭਰਾ ਕਹਿਣਗੇ ਨਹੀਂ ਤੇ ਮੂੰਹ ਦੀ ਸੀਲ ਸਾਓ। ਮਾਸ਼ਾਅੱਲਾ, ਠੀਕ ਹੈ ਠੀਕ ਹੈ, ਕੋਈ ਨੀ ਕੋਈ ਵੀ ਕੋਈ ਚੀਜ਼ ਦੀ ਜੀ ਬਿਹਤਰ ਹੋ ਗਿਆ ਜੀ, ਕੰਨੀਆਂ ਦੇ ਦਾਦਾ ਜੀ ਮੈਂ ਚੌਂਗੀ ਤੋਂ ਚੀਜ਼ ਹੁੰਦੀ ਪਈ ਹਾਂ। ਠੀਕ ਹੈ ਠੀਕ ਹੈ, ਜੀ ਜ਼ਬਰਦਸਤ ਹੋ ਗਿਆ ਦੋ ਦਾ ਜੀ, ਪਿੱਛੇ ਕੱਟੀ ਹੈ ਤੇ ਕੀਮਤ 3,10,000। ਅੱਗੇ ਆ ਗਈ ਮਾਸ਼ਾਅੱਲਾ ਜੀ ਝੋਟੀ ਨੰਬਰ 3, ਲੇਕਿਨ ਪੂਰੀ ਸ਼ਾਨਦਾਰ ਖੂਬਸੂਰਤ ਝੋਟੀ ਹੈ ਰਾਣਾ ਸਾਹਿਬ, ਪਹਿਲਾਂ ਨੇ ਝੋਟੀ ਹੈ ਵੀ ਪਹਿਲਾਂ ਕੱਟੀ ਹੈ, ਪਹਿਲਾਂ ਨੇ ਮਾਸ਼ਾਅੱਲਾ ਜੀ ਨੰਬਰ ਆ ਗਈ 3 ਤੇ। ਕਦੋਂ ਦੀ ਸੂਈ ਹੈ ਰਾਣਾ ਸਾਹਿਬ? ਪਰਸੋਂ ਰਾਤ ਦੀ ਸੂਈ ਹੈ, ਬੋਲੇ ਉੱਤੇ ਵੇ ਪਹਿਲਨ ਹੋ ਕੇ ਜਿਹੜਾ ਲਿਬਾਸ ਕੀਤਾ, ਸਾਰੀਆਂ ਪਹਿਲਨ ਝੋਟੀਆਂ ਇਹੋ ਜਿਹਾ ਲਿਬਾਸ ਵੀ ਨਹੀਂ ਕਰਦੀਆਂ ਮਾਸ਼ਾਅੱਲਾ ਜੀ, ਪੂਰੀ ਸ਼ਾਨਦਾਰ ਚੀਜ਼ ਹੈ। ਟੋਰਿਆ ਅਰਫ ਸਾਹਿਬ ਲਿਬਾਸ ਦੋਸਤ ਨੂੰ ਫਿਰ ਚੈੱਕ ਕਰਾ ਦਿੰਦੇ ਹਾਂ, ਤੇ ਰਾਣਾ ਸਾਹਿਬ ਕਿੰਨਾ ਕੁ ਬੋਲਿਆ ਇਹਦੇ ਕੋਲ? ਰਾਣਾ ਸਾਹਿਬ ਇਹਦਾ ਬੋਲਾ ਤੁਹਾਨੂੰ ਦੱਸਾਂ, ਤੋਂ ਜ਼ਿਆਦਾ ਅੱਛਾ 9-10 ਕਿਲੋ ਬੋਲਾ ਮੌਜੂਦ ਹੈ। ਠੀਕ ਹੈ, ਦੋਵਾਂ ਟਾਈਮਾਂ ਦਾ ਟੋਟਲ 9-10 ਕਿਲੋ ਵੇ, 9-10 ਕਿਲੋ ਬੋਲਾ ਇਹਦੇ ਕੋਲ ਹੋਣਾ ਚਾਹੀਦਾ ਸੀ, 3-4 ਕਿਲੋ। ਠੀਕ ਹੈ, ਜਿਹੜੀ ਪੋਜੀਸ਼ਨ ਜਾਂਦੀ ਵੀ ਪਹਿਲਾਂ ਦੀ ਅੱਜ ਕੱਲ੍ਹ। ਅੱਛਾ, ਇਹਦੇ ਕੋਲ ਅੱਲਾ ਦੀ ਜ਼ਾਤ ਨੇ ਇੰਨਾ ਨੂਰ ਦਿੱਤਾ ਇਹਨੂੰ, ਠੀਕ ਹੈ, ਨਾਲੇ ਬੜੇ ਅੱਛੇ ਨੇਕ ਬੰਦੇ ਕੋਲ ਲੈ ਕੇ ਆਏ ਆ, ਇਹ ਝੋਟੀ ਹੈ। ਠੀਕ ਹੈ ਤੇ ਇਨਸ਼ਾਅੱਲਾ ਝੋਟੀ ਉੱਡੀ ਆਪੇ ਨਹੀਂ ਜਿੱਦਾਂ ਥਲੋਨੇ ਲਿਬਾਸ ਕੀਤਾ। ਉਹ ਜੀ ਮਾਸ਼ਾਅੱਲਾ ਜੀ, ਜਸਾਮਤ ਸਾਹਿਬ ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਟੋਰੇ ਜ਼ਰਾ ਆਰਫ ਸਾਹਿਬ ਲਿਬਾਸ ਦੋਸਤਾਂ ਫਿਰ ਵੇਖਣਾ, ਨੰਬਰ ਆ ਗਈ 3 ਤੇ ਪਹਿਲਾਂ ਨੇ 9-10 ਕਿਲੋ ਫਿਲਹਾਲ ਜਿਹੜਾ ਮੌਜੂਦਾ ਵੇ, ਪੁੱਠਾ ਵੀ ਦੋਸਤਾਂ ਵੇਖ ਲੈਣਾ ਜੀ ਰਾਣਾ ਸਾਹਿਬ। ਭਰਾ ਸਾਹਿਬ ਕੋਈ ਟਾਈਮ ਠੇਮ ਨਹੀਂ ਲੱਗਾ, ਸਵੇਰੇ 4 ਵਜੇ ਦੀਆਂ ਮੱਝਾਂ ਚੁਈਆਂ ਜੀ। ਠੀਕ ਹੈ ਠੀਕ ਹੈ ਸਰਕਾਰ, ਤੇ ਕੱਟੀ ਹੈ ਮਾਸ਼ਾਅੱਲਾ, ਕਿਆ ਬਾਤ ਹੈ ਮਾਸ਼ਾਅੱਲਾ ਜੀ। ਹਾਂਜੀ ਠੀਕ ਹੈ, ਜਾ ਤੇ ਲੈ ਚਲੋ ਜੀ, ਸਿਆਹ ਕਾਲੀ ਵਾਲ ਪੁਛਲ ਲੈ ਚਾਰ ਸਫੇਦ ਨੇ, ਥਣ ਮੁੱਠੀ ਥਣ ਬਰੀਕ ਪੁਛਲ ਆਪਣੇ ਦਾ ਫਰਾਸ ਸਾਹਿਬ ਵਾਲ। ਨਹੀਂ ਨਹੀਂ, ਮਿਹਨਤ ਤੁਸੀਂ ਮਾਸ਼ਾਅੱਲਾ ਰਾਣਾ ਸਾਹਿਬ ਕਰਦੇ ਹੋ ਪੇ, ਤੇ ਮਕਸਦ ਇਹ ਹੀ ਹੈ ਕਿ ਫਰਾਸ ਸਾਹਿਬ ਮਹਿੰਗਾਈ ਦਾ ਦੌਰ ਹੈ ਜੀ ਜੀ, ਕੋਸ਼ਿਸ਼ ਇਹ ਹੈ ਕਿ ਯਾਰ ਪੈਸੇ ਘੱਟ ਹੋਣ। ਠੀਕ ਹੈ, ਚੀਜ਼ ਚੰਗੀ ਹੋਏ, ਚੀਜ਼ ਚੰਗੀ ਹੋਏ। ਠੀਕ ਹੈ ਤੇ ਇਹ ਬੱਚਾ ਦੇ ਫਰਾਸ ਸਾਹਿਬ ਦੇ ਕੋਲ ਕੀ ਜਾਇ ਕੱਟੀ ਹੈ? ਕੱਟੀ ਹੈ, ਇਹ ਪਿੱਛੇ ਦੇ ਵੀ ਕੱਟੀ ਮਾਸ਼ਾਅੱਲਾ ਜੀ, ਵੀ ਕਰਮ ਵਾਲੀਆਂ ਦੋ ਨੇ, ਆਪੀ ਵੀ ਪਹਿਲਨ ਝੋਟੀ ਹੈ, ਪਿੱਛੇ ਦੇ ਕੱਟੀ ਹੈ ਤੇ 9-10 ਕਿਲੋ ਬੋਲਾ ਵੇ। ਦੋਸਤ ਰੇ ਜਿਹੜਾ ਦੋਸਤ ਵੀਡੀਓ ਵੇਖਦੇ ਨੇ ਪਿਓ ਨਾ, ਅੱਗੇ ਅਰਜ਼ ਹੈ ਵੇ ਕਿ ਰਾਣਾ ਸਾਹਿਬ ਮਾਸ਼ਾਅੱਲਾ ਜੀ ਮਿਹਨਤ ਕਰਕੇ ਮਾਲ ਲਿਆਉਂਦੇ ਨੇ, ਆਪਣੀ ਬਿਮਾਰੀ ਨੂੰ ਵੀ ਨਹੀਂ ਵੇਖਦੇ, ਤੇ ਦੋਸਤਾਂ ਕੇ ਗੁਜ਼ਾਰਿਸ਼ ਹੈ ਕਿ ਰਾਣਾ ਸਾਹਿਬ ਦੀ ਸਿਹਤ ਯਾਬੀ ਵਾਸਤੇ ਵੀ ਦੁਆ ਕਰਨੀ ਹੈ। ਕੀ ਰੇਟ ਹੈ ਰਾਣਾ ਸਾਹਿਬ? ਰਾਜ ਸਾਹਿਬ ਮੈਂ ਤੇ ਇਹ ਗੱਲ ਸਮਝਣਾ ਵਾਂ
ਕਿ ਅਗਰ ਮੈਂ ਮਾਲ ਲਿਆਉਣਾ ਨਾ ਕਿਸੇ ਨੀਅਤ ਇਹ ਕਰਕੇ ਕਿ ਯਾਰ ਕਿਸੇ ਭਰਾ ਨੂੰ ਦੇਣਾ ਮਾਲ ਅੱਛਾ ਕਰਕੇ, ਠੀਕ ਹੈ, ਨੀਅਤ ਸਾਫ਼ ਕਰਕੇ ਅਤੇ ਸੱਚ ਬੋਲ ਕੇ ਚੀਜ਼ ਦੇਣੀ ਹੈ, ਠੀਕ ਹੈ, ਅਤੇ ਹਾਂ ਕੀ ਸੱਚੀ ਗੱਲ ਦੱਸ ਕੇ ਦੇਣੀ ਹੈ। ਮੈਂ ਨਾ ਅੱਜ ਦੇ ਦੌਰ 'ਚ ਇਸ ਤੋਂ ਵੱਡੀ ਇਬਾਦਤ ਹੀ ਕੋਈ ਨਹੀਂ। ਬੇਸ਼ੱਕ ਇੱਕ ਹੁਣ ਭਾਈ ਹੈ ਮੇਰਾ, ਮੈਨੂੰ ਸੁਣਦਾ ਹੋਣਾ ਹੈ, ਉਸ ਕੰਜਰ ਕੋਲੋਂ ਮੈਂ ਤੂੜੀ ਮੰਗਵਾਈ ਹੈ, ਠੀਕ ਹੈ, ਉਹ ਅਜ਼ਾਨ ਬਾਅਦ 'ਚ ਹੁੰਦੀ ਹੈ ਅਤੇ ਸਵਾਰ ਚੁੱਕੇ ਨਾ ਅਤੇ ਮਸੀਤੇ ਦੌੜ ਪਹਿਲਾਂ ਲਾ ਛੱਡਦਾ, ਅਤੇ ਫਰਾਜ਼ ਸਾਹਿਬ ਕੱਲ੍ਹ ਤੂੜੀ ਪਾਈ ਹੈ, ਤੂੜੀ ਦੇ ਵਿੱਚ ਇੰਨੀ ਮਿੱਟੀ ਅਤੇ ਵਿੱਚ ਇੱਟਾਂ ਦੱਬੀਆਂ ਨੇ, ਮੈਂ ਨਾ ਉਹਦੀ ਨਮਾਜ਼ ਕਿਆਮਤ ਵਾਲੇ ਦਿਨ ਉਹਦੀ ਨਮਾਜ਼ ਉਹਦੇ ਮੂੰਹ 'ਤੇ ਵੱਜੇਗੀ। ਉਹ ਸੁਣ ਰਿਹਾ ਮੈਨੂੰ, ਉਹ ਸਮਝ ਗਿਆ ਹੋਣਾ, ਠੀਕ ਹੈ, ਲੇਕਿਨ ਇਨਸਾਨਾਂ ਨਾਲ ਲੋਕ ਜ਼ੁਲਮ ਕਰਦੇ ਨੇ, ਦੁੱਧ ਵਿੱਚ ਪਾਊਡਰ ਪਾਉਂਦੇ ਨੇ, ਜ਼ਿਆਦਤੀ ਕਰਦੇ ਨੇ, ਠੀਕ ਹੈ, ਆਪਣੀ ਕਵਰ 'ਤੇ ਭਾਰ ਪਾਉਂਦੇ ਨੇ, ਅਤੇ ਯਾਰ ਫਰਾਜ਼ ਸਾਹਿਬ ਜਾਨਵਰਾਂ ਨਾਲ ਵੀ ਨਹੀਂ ਮੁੜਦੇ ਕੋਈ ਵੀ, ਵਿੱਚ ਮਿੱਟੀ ਕੱਟਾ, ਠੀਕ ਹੈ, ਰੇਤ ਅਤੇ ਇੱਟਾਂ ਵਿੱਚ ਮਿਲਾ ਕੇ ਬਣ ਕੀ ਬਿਲਡਿੰਗ ਪਾ ਲਏਗਾ ਉਹਨਾਂ ਪੈਸਿਆਂ ਦੀ, ਕੱਖ ਕੱਢਣਾ ਨਹੀਂ ਹੋਣਾ, ਉਹਦਾ ਹਾਲ ਇਹ ਹੀ ਹੋਣਾ ਹੈ ਕਿ ਕਿਸੇ ਵੇਲੇ ਜਾਂਦੇ ਹੋਣਾ ਤੂੜੀ ਲੈਣ ਉਹਨੇ ਅਤੇ ਵੱਜਣਾ ਉਹਨੇ ਟਰਾਲੇ ਦੇ ਨਾਲ ਅਤੇ ਕੰਮ ਖਤਮ ਹੋ ਜਾਣਾ, ਅਤੇ ਉਹਦੇ ਅੱਗੇ ਇਹ ਹੀ ਹੈ ਕਿ ਅੱਲਾ ਦੇ ਖੌਫ ਕੋਲ ਡਰੇ ਅਤੇ ਜਾਨਵਰ ਨੇ, ਇਹਨਾਂ ਨੇ ਕੀ ਕਹਿਣਾ ਸਾਨੂੰ, ਠੀਕ ਹੈ। ਅਤੇ ਫਰਾਜ਼ ਸਾਹਿਬ ਅਸੀਂ ਤਾਂ ਗੱਲ ਇਹ ਕਰਨੇ ਹਾਂ ਕਿ ਕਿਸੇ ਨੂੰ ਸੱਚ ਬੋਲ ਕੇ ਚੀਜ਼ ਦੇਵੋ, ਇਸ ਤੋਂ ਅੱਗੇ ਗੱਲ ਹੀ ਕੋਈ ਨਹੀਂ। ਕੀ ਕੀਮਤ ਹੈ ਰਾਣਾ ਸਾਹਿਬ ਦੀ? ਫਰਾਜ਼ ਸਾਹਿਬ ਕੀਮਤ ਇਹਦੀ ਭਾਵੇਂ 3,40,000 ਲਾ ਲਓ ਉਹ ਵੀ ਭੱਜਦੀ ਹੈ, 3,25 ਵੀ ਲਾ ਲਓ ਉਹ ਵੀ ਭੱਜਦੀ ਹੈ, 2,95,000 ਦੀ ਫਰਾਜ਼ ਸਾਹਿਬ ਛੋਟੀ, 2,95,000 ਕਿੰਗਰੀਆ ਸਿੰਘ ਹੈ, ਸੋਹਣੀ ਸ਼ਕਲ ਹੈ, ਸੋਹਣੀ ਬੂਥੀ ਹੈ, ਕਿਸੇ ਪਾਸੋਂ ਖੁੰਝ ਨਹੀਂ, 2,95,000 ਰੁਪਇਆ ਫਰਾਜ਼ ਸਾਹਿਬ, ਜੇ ਮੈਂ ਨਾ ਪੂਰੇ ਪਾਕਿਸਤਾਨ 'ਚ ਰੇਟ ਐਂਦਾ ਹੈ ਤਾਂ ਮੈਨੂੰ ਰਾਣਾ ਸਾਹਿਬ ਵੇਖ ਲਿਓ ਕੋਈ ਗਲਤੀ ਤਾਂ ਨਹੀਂ ਲੱਗ ਗਈ, ਕਲੀਅਰ ਹੈ, ਕੋਈ ਗਲਤੀ ਨਹੀਂ ਕਰਦੀ, ਅੱਲਾ ਦੀ ਜ਼ਾਤ ਪਾਕ 2,95,000 ਦੇ ਵਿੱਚੋਂ ਅੱਲਾ ਦੀ ਜ਼ਾਤ ਮੈਨੂੰ ਰੋਜ਼ੀ ਦੇਗੀ ਇਨਸ਼ਾਅੱਲਾ। ਜੀ ਹਲੇ ਮੌਜੂਦ ਹੈ ਕੋਲ, ਮੌਜੂਦ ਹੈ, ਵਜ੍ਹਾ ਇਹ ਨਾਲ ਡਨ ਤੇ ਨਹੀਂ ਹੋ ਗਈ ਕਹਿੰਦਾ ਵਾ ਮੈਂ ਉਹ ਮੇਰੇ ਭਰਾਵਾਂ ਦੀ ਮਿਹਰਬਾਨੀ, ਮੈਂ ਜਾਣਾ ਵਾ ਉਹ ਆਉਂਦੇ ਨੇ ਯਾਰ ਬੰਦਾ ਬਿਮਾਰ ਹੈ, ਠੀਕ ਹੈ, ਉਹਨੂੰ ਜਗ੍ਹਾ ਦੱਸੀ ਦੇਗਾ ਯਾਰ ਬਿਮਾਰ ਆਦਮੀ ਆ, ਅਤੇ ਯਾਰ ਜਾਇਜ਼ ਮੁਨਾਸਿਬ ਰੇਟ ਲਾ ਕੇ ਦੇਵੋ, ਚਲੋ ਕੁਪਰੀਏ 5,000 ਸਾਡੇ ਕੋਲ, ਉਹ ਵੀ ਮੁਨਾਫਾ ਲੈ ਲੈਂਦੇ ਨੇ, ਅਸੀਂ ਵੀ ਰੁਪਈਆ 5,000-7,000 ਲੱਭੇ ਅਤੇ ਸੇਲ ਕਰ ਛੱਡੀਦਾ। ਇਹਨਾਂ ਨਾਲ ਝੋਟੀਆਂ ਦਾ ਮੁੱਲ ਕਿਉਂ ਘੱਟ ਲੱਗਦਾ ਪਿਆ, ਕਿਉਂ ਮੈਂ ਪੂਰਾ ਸਮਝ ਲਓ ਕਿ ਪੂਰੋ ਪੂਰੀ ਦੇ ਰਿਹਾ 5,000-7,000 ਲਿਆ, ਮੇਰੀਆਂ ਹਫ਼ਤੇ ਵਾਲੇ 'ਤੇ ਨੇ 11 ਜਾਨਵਰ ਹੋਰ ਆ ਰਹੇ ਨੇ, ਠੀਕ ਹੈ, 6-7 ਗਾਈਆਂ ਆ ਰਹੀਆਂ ਨੇ, 18-20 ਜਾਨਵਰ ਮੇਰੇ ਹਫ਼ਤੇ ਵਾਲੇ ਦਿਨ ਮਾਲ ਆਉਣਾ, ਐਤਕੀ ਮੈਂ ਗਿਆ ਸਾਂ, ਮੈਂ ਖਾਲੀ ਆ ਗਿਆ, ਪੈਸੇ ਮੈਂ ਜਮ੍ਹਾਂ ਕਰਾ ਆਇਆ ਸਾਂ, ਠੀਕ ਹੈ, ਅਤੇ ਮੇਰੇ ਕੋਲ ਜਗ੍ਹਾ ਫਰਾਜ਼ ਸਾਹਿਬ ਕੋਲ ਨਹੀਂ, ਅਤੇ ਇਹ ਮਾਲ ਸੇਲ ਕਰਨਾ ਹੈ ਇਨਸ਼ਾਅੱਲਾ, ਜਿਹੋ ਜਿਹਾ ਰੇਟ ਲਾ ਰਿਹਾ ਜੀ, ਉਂਝੀ ਰਾਣ ਕਰ ਚੜਿਆ ਜੀ, 95,000 ਇੱਕ ਝੋਟੀ, ਇਹਨੂੰ ਲੈਣ ਵਾਲੇ ਕਾਫੀ ਹੋਣੇ ਨੇ, ਪਹਿਲਾਂ ਸ਼ਾਨਦਾਰ ਝੋਟੀ ਹੈ, ਨੰਬਰ 3 'ਤੇ ਚੈੱਕ ਕਰਾਈਏ, ਕੀਮਤ ਡਿਮਾਂਡ ਨਾ 3.25, ਨਾ 3.5, ਅਤੇ ਨਾ 3, 2,95,000। ਮਾਸ਼ਾਅੱਲਾ ਜੀ, ਝੋਟੀ ਨੰਬਰ 3 ਚੈੱਕ ਕਰਾਉਂਦੇ ਹਾਂ, ਫਿਰ ਦੋਸਤਾਂ ਟੋਰ ਵੀ ਦੀ ਵੇਖ ਲੈਣੀ ਹੈ, ਕੈਮਰੇ 'ਚ ਮੁਕੰਮਲ ਨਜ਼ਰ ਆਉਂਦੀ ਵੀ ਨਜ਼ਾਰਾ ਦੋਸਤਾਂ ਕਰ ਲੈਣਾ, ਅਤੇ ਰਾਣਾ ਸਾਹਿਬ ਕਹਿ ਰਹੇ ਨੇ ਪੂਰਾ ਤੋਹਫਾ ਹੈ ਅਤੇ ਤੋਹਫਾ ਲੱਗਦੀ ਵੀ ਪਈ ਹੈ। ਜੀ ਰਾਣਾ ਸਾਹਿਬ, ਫਰਾਜ਼ ਸਾਹਿਬ ਇਹ ਝੋਟੀ ਦਾ ਭਰਾਵਾਂ ਗੁਜ਼ਾਰਿਸ਼ ਹੈ, ਇਹਦੇ ਆਖਰ ਲੋਕ 10 ਰੁਪਏ ਘਟਾਉਣੇ ਨੇ, ਉਹ ਵੀ ਨਹੀਂ ਜੇ ਘਟਣੇ ਦੇ ਕੋਈ। ਜੀ ਬਿਹਤਰ ਹੋ ਗਿਆ, ਇਹਦਾ 3-10 ਵੀ ਲਾ ਸਕਦਾ, 3.25 ਵੀ ਲਾ ਸਕਦਾ, ਝੋਟੀ ਦੇਸ਼ਣੀ 2,95,000 ਦੀ, ਠੀਕ। ਮਾਸ਼ਾਅੱਲਾ ਜੀ, ਝੋਟੀ ਨੰਬਰ 4 ਆ ਗਈ ਹੈ, ਲੇਕਿਨ ਵੱਡੀ ਜਸਾਮਤ ਵਾਲੀ ਕਾਦਾਵਰ ਝੋਟੀ ਹੈ। ਆਰਫ ਸਾਹਿਬ ਜ਼ਰਾ ਯਾਦ ਕਰੋ, ਜਾਵੇ ਸਾਹਮਣੇ ਪਿੱਛੇ ਤੇ ਕੱਟੀ ਮਾਸ਼ਾਅੱਲਾ ਜੀ, ਤੇ ਇਹ ਚੈੱਕ ਕਰੋ ਜੀ, ਜਿਹੜਾ ਮੈਦਾਨ ਥੱਲੇ ਲਾਇਆ ਲਿਬਾਸ ਵੀ ਦੋਸਤਾਂ ਵੇਖ ਲੈਣਾ। ਰਾਣਾ ਸਾਹਿਬ ਕਿੰਨਵਾਂ ਸੂਆ ਜੀ ਇਹਦਾ? ਰਾਣਾ ਸਾਹਿਬ ਦੂਸਰੇ ਸੂਏ ਝੋਟੀ ਹੈ। ਅੱਛਾ, ਠੀਕ ਹੈ ਜੀ, ਅੱਜ ਮੇਰਾ 5-6 ਦਿਨ ਦੀ ਸੂਈ ਜੇ, ਠੀਕ ਹੈ, ਪਿੱਛੇ ਸੋਹਣੀ ਕੱਟੀ ਜੇ, ਇਹ ਪਿੱਛੇ ਤੇ ਕੱਟੀ ਮਾਸ਼ਾਅੱਲਾ ਜੀ, ਕਰਮ ਵਾਲੀਆਂ ਦੋ ਹੀ ਨੇ, ਸੁਆ ਦੂਸਰਾ ਵੇ, ਰਵੇਲ ਕਾਫੀ ਹੈ, ਜਿਸਮ ਤੇ ਦੋਸਤਾਂ ਪਸ਼ਮ ਵੀ ਚੈੱਕ ਕਰਨੀ ਹੈ, ਕਾਦਾਵਰ ਹੈ, ਤੇ ਕਿੰਨਾ ਕੁ ਦੁੱਧ ਰਾਣਾ ਸਾਹਿਬ ਦੇ ਕੋਲ? ਸਾਹਿਬ ਦੁੱਧ ਜਿੰਨਾ ਕਹੋਗੇ ਉਹਨਾਂ ਦੇਗੀ, ਮੈਂ ਕਦੀ ਕਿਸੇ ਨੂੰ ਚੈਲੰਜ ਨਹੀਂ ਕੀਤਾ, ਲੇਕਿਨ ਝੋਟੀ ਦੁੱਧ ਜਿੰਨਾ ਕਹੋਗੇ ਦੇਗੀ, ਝੋਟੀ ਕੋਲ ਦੁੱਧ ਹੈ ਵੱਖਰੀ ਤੌਰ 'ਤੇ 13-14 ਕਿਲੋ, ਠੀਕ ਹੈ, 12 ਕਿਲੋ ਦੀ ਝੋਟੀ ਕੋਲ ਗਰੰਟੀ ਹੈ, ਇਹ ਝੋਟੀ ਨੇ 8 ਨਹੀਂ ਸੁੱਟੀ ਕੋਈ ਵੀ, ਠੀਕ ਹੈ, ਠੀਕ ਹੈ, ਭਾਰ ਦਾ ਕੱਦ ਮੇਰਾ 7 ਫੁੱਟ,
ਤੇ ਮੇਰਾ 6 ਫੁੱਟ ਲੰਮੀ ਤੇ ਹੋਣੀ ਹੈ ਛੋਟੀ, ਤੇ ਲੰਬਾਈ ਜਿਹੜੀ ਇਹਦੀ ਮੈਂ ਸਾਨੂੰ 10-10.5 ਫੁੱਟ ਲੰਬਾਈ ਹੈ, ਤੇ ਮਾਸ਼ਾਅੱਲਾ ਬਹੁਤ ਚੰਗੀ ਘਾਹ ਦੀ ਕੱਟੀ ਹੈ, ਠੀਕ ਹੈ। 12 ਸਿਰ ਦੁੱਧ ਠੰਡਾ ਕਰਕੇ ਫਰਾ ਸਾਹਿਬ ਇੱਦਾਂ ਦਾਂਗੇ, ਠੀਕ ਹੈ। ਦੁੱਧ ਹੈ 13-14 ਕਿਲੋ, 12 ਕਿਲੋ ਦੁੱਧ ਦੀ ਗਰੰਟੀ ਮਾਸ਼ਾਅੱਲਾ ਜੀ। ਸੁਬਾਹ ਦੂਸਰਾ ਵੇ ਆ ਪਿੱਛੇ ਤੇ ਕੱਟੀ ਹੈ, ਜਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ। ਲਿਬਾਸ ਦੋਸਤਾਂ ਨੂੰ ਫੇਰ ਚੈੱਕ ਕਰਾ ਦਿੰਦੇ ਆ, ਨੰਬਰ ਆ ਗਈ ਹੈ 4 ਤੇ। ਕਾਦਾ ਵਰ ਚੰਗੀ ਮਾਸ਼ਾਅੱਲਾ ਜੀ, ਖੂਬਸੂਰਤ ਚੀਜ਼ ਹੈ। ਆਰਫ ਸਾਹਿਬ ਜਰਾ ਛਾਵੇਂ ਲਿਆਇਓ, ਤੇ ਰਾਣਾ ਸਾਹਿਬ ਕਹਿੰਦੇ ਨੇ ਦੁੱਧ ਦੀ ਨਹਿਰ ਹੀ ਹੈ, ਨਹਿਰ ਖਾਨ ਸਾਹਿਬ ਇਨਸ਼ਾਅੱਲਾ, ਠੀਕ ਹੈ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਲਿਬਾਸ ਦੋਸਤਾਂ ਪਿਛਲੀ ਸਾਈਡ ਤੋਂ ਜਰਾ ਚੈੱਕ ਕਰ ਲੈਣਾ ਵੇ, ਮੁਕੰਮਲ ਨਜ਼ਾਰਾ ਕਰਨਾ ਜੀ। ਨੰਬਰ ਆ ਗਈ ਹੈ 4 ਤੇ, ਪੁੱਠਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ, ਠੀਕ ਹੈ ਜੀ। ਰਾਣਾ ਸਾਹਿਬ ਝੋਟੀ ਨੰਬਰ 4 ਦਾ ਰੇਟ ਖੜਾ ਗਲਾ ਜਰਾ ਫਰਾਂ ਸਾਹਿਬ, ਬੱਲੇ ਬੱਲੇ ਹੋਈਏ ਜਿੰਜ ਕੀਤੀ ਜਿਹਨੇ ਤਿੰਨਾਂ ਤੇ, ਪਤਾ ਲੱਗੇ ਕਿ ਵਾਕੀ ਰਾਣਾ ਮਕਾਰ ਆਇਆ। ਸਿਰ ਦੁੱਧ ਹੋਣਾ ਠੀਕ ਹੈ, 12-13 ਸਿਰ ਦੁੱਧ ਹੋਣਾ ਬੜੀ ਗੱਲ ਹੈ। ਬਿਲਕੁਲ ਜੀ, ਅਸੀਂ 20 ਸਿਰ ਨਹੀਂ ਆਉਂਦੇ, 18 ਸਿਰ ਨਹੀਂ ਆਉਂਦੇ, 12-15 ਸਿਰ ਨਹੀਂ ਆਉਂਦੇ, 12 ਕਿਲੋ ਦੁੱਧ ਬੜਾ ਹੁੰਦਾ ਹੈ, ਠੀਕ ਹੈ ਠੀਕ ਹੈ। ਤੇ ਅੱਕਾ ਸੱਚਾ 12 ਸਿਰ ਦੁੱਧ ਹੋਏ ਤੇ ਝੋਟੀ ਜੀ ਇਹ 4 ਲੱਖ ਦੀ, ਠੀਕ ਹੈ। 3,30,000 ਰੁਪਏ ਦੀ ਫਾਈਨਲ ਝੋਟੀ, 3,30,000 ਰੁਪਏ ਜੀ, ਜ਼ਿੰਦਾਬਾਦ, ਠੀਕ ਹੈ। ਔਰ ਸਭ ਲੈ ਆਓ ਜੀ, ਨੰਬਰ 4 ਤੇ ਚੈੱਕ ਕਰਾਈਏ, ਸੁਬਾਹ ਦੂਸਰਾ ਵੇ, ਕੀਮਤ ਡਿਮਾਂਡ 3,30,000 ਮਾਸ਼ਾਅੱਲਾ ਜੀ। ਉਸ ਤੋਂ ਬਾਅਦ ਫਰਾਂ ਸਾਹਿਬ ਝੋਟੀ ਅੱਟਾਂ ਛੋੜ ਕੇ ਜੇ 16 ਕਿਲੋ ਦੁੱਧ ਨਾ ਕਰੇ, ਝੋਟੀ ਮੈਂ ਵਾਪਸ ਲੈ ਲਾਂਗਾ ਮੈਂ ਜੀ। ਬਿਹਤਰ ਹੋ ਗਿਆ ਮਾਸ਼ਾਅੱਲਾ ਜੀ, ਠੀਕ ਹੈ। ਲੇਕਿਨ ਸ਼ਰਤ ਕਿ ਅਗਲੇ ਜਾ ਕੇ ਸੇਵਾ ਵੀ ਕਰਨ, ਇਹ ਨਹੀਂ ਕਿ ਉੱਥੇ ਬੰਨ ਕੇ ਕਹਿਣ ਕੇ ਰਾਣਾ ਸਾਹਿਬ 16 ਕਿਲੋ ਨਹੀਂ ਕਰਦੀ। ਬਿਲਕੁਲ ਬਿਲਕੁਲ ਜੀ, ਬਿਹਤਰ ਹੋ ਗਿਆ ਮਾਸ਼ਾਅੱਲਾ ਜੀ। ਅੱਗੇ ਆ ਗਈ ਜੀ ਝੋਟੀ ਨੰਬਰ 5, ਸਿੰਗਲ ਦੇ ਨੇ ਕਿ ਨਹੀਂ ਅਰਬ ਸਾਹਿਬ ਦੇ, ਇੱਕ ਹਿਲਦਾ ਵੇ ਤੇ ਇੱਕ ਨਹੀਂ ਹਿਲਦਾ, ਜਾ ਕੀ ਪਿੱਛੇ ਦੇ ਕਰਿਓ ਜ਼ਰਾ, ਜਾ ਦਿਆ ਵੀ ਕਰਮ ਵਾਲੀਆਂ ਦੋ ਹੀ ਨੇ। ਨੰਬਰ 5 ਤੇ ਚੈੱਕ ਕਰਾਨੇ ਆ ਪੇ, ਰਾਣਾ ਸਾਹਿਬ ਕਿੰਨਵਾਂ ਸੁਆ ਜੀ ਇਹਦਾ? ਰਾਣਾ ਸਾਹਿਬ ਦੂਸਰਾ ਸੁਆ ਜੀ ਝੋਟੀ ਦਾ, ਸੁਆ ਦੂਸਰਾ ਵੇ। ਤੁਹਾਨੂੰ ਵੀ ਦੋਸਤਾਂ ਵੇਖਣੇ ਨੇ ਕਿਦੋਂ ਦੀ ਸੂਈ ਆ, ਅਰਬ ਸਾਹਿਬ ਲਾਸੇ ਦਿਖ ਰਹੇ ਹੋ? ਮੇਰਾ 5-4 ਦਿਨ ਦੀ ਸੂਈ, ਇਹ ਵੀ ਤਕਰੀਬਨ 5 ਕੁ ਦਿਨ ਹੋ ਗਏ ਨੇ। ਤੁਨੀ ਵੀ ਦੋਸਤਾਂ ਵੇਖਣੀ ਮਾਸ਼ਾਅੱਲਾ ਜੀ, ਲਿਬਾਸ ਵੀ ਚੈੱਕ ਕਰਨਾ ਹੈ, ਇਹ ਪਿੱਛੇ ਦੇ ਕੱਟੀ ਹੈ, ਜਾ ਵੀ ਦੋਸਤਾਂ ਵੇਖ ਲੈਣਾ ਰਾਣਾ ਸਾਹਿਬ ਕਿੰਨਾ ਕੁ ਦੁੱਧ ਦੇ ਕੋਲ। ਰਾਣਾ ਸਾਹਿਬ ਦੋ ਦਿਨ ਕੋ 12 ਕਿਲੋ ਵੇ, 10 ਕਿਲੋ ਦੀ ਗਰੰਟੀ ਹੋਏਗੀ, 10 ਕਿਲੋ ਦੁੱਧ ਦੀ ਗਰੰਟੀ ਹੋਈ ਹੈ। 12 ਕਿਲੋ ਵੇ ਕਰਮ ਵਾਲੀਆਂ ਦੋ ਹੀ ਨੇ, ਹਲਕੀ ਜਿਹਾ ਜ਼ਰਾ ਢੋਰ ਕੇ ਫਿਰ ਲਿਆ ਪਿਛਾ ਨੂੰ, ਹੈ ਵੀ ਸਿਹਤਮੰਦ ਤੇ ਰਵੇਲ ਵੀ ਕਾਫੀ। ਨੰਬਰ ਆ ਗਈ 5 ਤੇ, ਲਿਬਾਸ ਵੀ ਦੋਸਤਾਂ ਚੈੱਕ ਕਰਾ ਦਿੰਦੇ ਆ ਮਾਸ਼ਾਅੱਲਾ ਜੀ, ਡੁੱਬ ਜਾਣਾ ਵੇ ਤੇ ਫੇਰ ਵੀ ਸੂਬੇਦਾਰ ਸਾਹਿਬ ਕਹਿੰਦੇ ਨੇ ਕਿ ਲੈ ਆਉਣੀ ਚਾਹੀਦੀ ਹੈ, ਨਸਲੀ ਹੈ ਮਾਸ਼ਾਅੱਲਾ ਜੀ। ਪਿੱਛੇ ਤੇ ਕੱਟੀ ਹੈ ਦੁੱਧ, 12 ਕਿਲੋ ਵੇ, 10 ਕਿਲੋ ਦੁੱਧ ਦੀ ਗਰੰਟੀ। ਆਰਫ ਸਾਹਿਬ ਜਰਾ ਝੋਟੀ ਦੀ ਲਾਸੀ ਦੀ ਕਰਾਓ, ਜਰਾ ਪੂਰੀ ਕੁਆਲਿਟੀ ਦੋਸਤਾਂ ਚੈੱਕ ਕਰਾਈਏ। ਨੰਬਰ ਆ ਗੁੱਠੀ ਥਾਨ ਝੋਟੀ ਦਾ, ਸੋਹਣਾ ਥਾਨ, ਪਾਵਰਫੁਲ ਪਾਵਰਫੁਲ ਰਾਣਾ ਸਾਹਿਬ, ਪਾਵਰਫੁਲ ਧੁਨੀ ਵੀ ਲੱਭੋ ਹਾਂ ਜਰਾ ਕੈਮਰੇ ਦੇ ਨਾਲ, ਇਹ ਚੈੱਕ ਕਰੋ ਜੀ, ਨਾ ਹੁੰਦੇ ਬਰਾਬਰ ਹੀ, ਨਾ ਹੁੰਦੇ ਬਰਾਬਰ, ਠੀਕ ਹੈ। ਕੀ ਰੇਟ ਹੈ ਰਾਣਾ ਸਾਹਿਬ ਦਾ? ਰਾਣਾ ਸਾਹਿਬ ਰੇਟ ਦਾ ਕੋਈ ਵੀ ਨਹੀਂ ਜੇ ਕੋਈ ਵੀ, ਅੱਛਾ ਇਹਦਾ ਫਰਾਂ ਸਾਹਿਬ 2,85,000 ਆ ਗਿਆ ਰਾਣਾ ਤੇ ਛਾ ਗਿਆ ਰਾਣਾ ਜੀ, ਜ਼ਿੰਦਾਬਾਦ। ਟੋਰੋ ਜੀ ਅਰਬ ਸਾਹਿਬ ਮਾਸ਼ਾਅੱਲਾ ਜੀ, ਝੋਟੀ ਵੇਖਣੀ ਹੈ, ਰੇਟ ਚੈੱਕ ਕਰਨਾ ਮਾਸ਼ਾਅੱਲਾ ਜੀ, ਕੀਮਤ ਡਿਮਾਂਡ 2,85,000। ਲਿਬਾਸ ਦੋਸਤਾਂ ਫਿਰ ਵੇਖ ਲੈਣਾ ਮਾਸ਼ਾਅੱਲਾ ਜੀ, ਝੋਟੀ ਨੰਬਰ 6 ਵੇ ਜੀ ਰਾਣਾ ਸਾਹਿਬ, ਕਿੰਨਵਾਂ ਸੂਆ ਜੀ ਝੋਟੀ ਦਾ? ਪਹਿਲਨ ਪਹਿਲਵਾਨ ਪਹਿਲਨ ਏ, ਹਾਈਟ ਚੰਗੀ ਏ, ਕਾਦਾ ਵਰ ਮਾਸ਼ਾਅੱਲਾ ਜੀ, ਪਹਿਲਨ ਹੋ ਕੇ ਥਾਣ ਵੀ ਸੋਹਣੇ ਪਾਵਰਫੁਲ ਲੱਗੇ ਨੇ, ਥਾਣਾਂ ਦੀ ਵੰਡ ਵੀ ਦੋਸਤਾਂ ਚੈੱਕ ਕਰਨੀ ਹੈ। ਰਾਣਾ ਸਾਹਿਬ ਝੋਟੀ ਕਿਦੋਂ ਦੀ ਸੂਈ ਹੈ ਜੀ? ਰਾਣਾ ਸਾਹਿਬ ਦੇਖੋ ਥਾਣ ਗੇਟ ਗੇਟ ਤੇ ਲੱਗ ਨਹੀਂ ਆਇਆ, ਐ ਆਵੇ ਮਾਸ਼ਾਅੱਲਾ ਜੀ, ਐਂ ਜਿਵੇਂ ਪੀੜੀ ਦੇ ਪਾਵੇ ਲੱਗੇ, ਪੀੜੀ ਦੇ ਪਾਵੇ ਲੱਗਦੇ ਨੇ ਕਿ ਨਹੀਂ ਲੱਗਦੇ? ਲੱਗਦੇ ਨੇ ਭਾਜੀ, ਲੱਗਦੇ ਨੇ।
ਝੋਟੀ ਸ਼ਕਲ ਵੇਖੋ, ਨਸਲ ਵੇਖੋ ਫਰਾਜ਼ ਸਾਹਿਬ, ਸਿੰਘੀਆਂ ਛੋਟੀਆਂ, ਰਵੇਲ ਕਾਫੀ, ਕਾਦਾਵਰ, ਸੂਈ ਕਿਦੋਂ ਦੀ ਰਾਣਾ ਸਾਹਿਬ ਹੈ? ਰਾਣਾ ਸਾਹਿਬ ਅੱਜ 5-6 ਦਿਨ ਦੀ ਸੂਈ ਜੇ। ਅੱਛਾ, ਜਾ ਕੀ ਮਗਰ? ਜਾ ਇਹਦੇ ਮਗਰ ਕੱਟਾ ਸੀ ਤੇ ਬਜੋ ਗੱਡੀ ਵਿੱਚ ਹੀ ਮਰ ਗਿਆ ਸੀ ਫਰਾਜ਼ ਸਾਹਿਬ। ਠੀਕ ਹੈ, ਤੂੰ ਚੁਆਈ ਕਿੰਜ ਕਰਦੇ ਹੋ ਪੇ? ਫਰਾਜ਼ ਸਾਹਿਬ ਇਹ ਇੱਕ ਟਾਈਮ ਮਿਲਦੀ ਹੈ ਪਹਾੜੇ ਤੇ, ਠੀਕ ਹੈ, ਦੋਵੇਂ ਟਾਈਮ ਪਹਾੜੇ ਤੇ ਮਿਲਦੀ ਹੈ। ਹੁਣ ਦੋਵੇਂ ਟਾਈਮ ਪਹਾੜੇ ਤੇ ਹੋ ਗਈ ਹੈ? ਦੋਵੇਂ ਟਾਈਮ ਪਹਾੜੇ ਤੇ ਜੀ, ਜ਼ਬਰਦਸਤ ਹੋ ਗਿਆ ਜੀ ਚੁਆਈ, ਦੋਵੇਂ ਟਾਈਮ ਪਹਾੜੇ ਤੇ ਖੜਾ ਕਰਕੇ। ਸੋਵਾ ਪਹਿਲਾਂ ਤੇ ਕਿੰਨਾ ਕਿਦੋਂ ਦੇ ਰਾਣਾ ਸਾਹਿਬ ਦੇ ਕੋਲ? ਕਿੰਨਾ ਸਾਹਿਬ ਦੁੱਧ ਦੱਸੋ ਜੀ, ਤੁਸੀਂ ਹੁੰਦੇ ਹੋ ਦੁੱਧ 10 ਕਿਲੋ ਪੱਕਾ? ਦੋਵਾਂ ਟਾਈਮਾਂ ਦਾ ਟੋਟਲ ਪੱਕਾ 10 ਕਿਲੋ? 10 ਕਿਲੋ ਜੀ, ਬਿਹਤਰ ਹੋ ਗਿਆ। ਪਹਿਲਾਂ ਨੇ ਮਾਸ਼ਾਅੱਲਾ ਜੀ ਲਿਬਾਸ ਵੇਖ ਕੇ ਜ਼ਿਆਦਾ ਵੀ ਕਹਿ ਸਕਦੇ ਹਾਂ, ਲੇਕਿਨ ਅੱਛੀ ਗੱਲ ਹੈ ਜੋ ਹੈ ਵੇ ਦੋਸਤਾਂ ਨੂੰ ਦੱਸਣਾ ਉਹ ਹੀ ਹੈ। ਢਾਲੇ ਨੇ ਸੁੱਟਣੀਆਂ ਨੇ, 5-6 ਦਿਨ ਹੋਏ ਨੇ ਲਿਬਾਸ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ, ਪੁੱਠਾ ਵੀ ਚੈੱਕ ਕਰਨਾ, ਮੂੰਹ ਚੈੱਕ ਕਰਿਓ, ਚੌਕੀ ਜੇ ਐ ਵੇਖੋ, ਖਿਲਾ ਦਿਓ ਜੀ। ਜੀ ਬਿਹਤਰ ਹੋ ਗਿਆ ਜੀ, ਠੀਕ ਹੈ ਠੀਕ ਹੈ। ਕੱਦ ਵੇਖੋ ਝੋੜੀ ਦਾ, ਚੰਗੀ ਕੱਦ ਆ ਵਾਰੇ ਮਾਸ਼ਾਅੱਲਾ, ਮੇਰਾ ਕੱਦ ਜੀ ਫਰਾਜ਼ ਸਾਹਿਬ, ਠੀਕ ਹੈ ਪੂਰਾ ਨਾ ਉਸ ਮਾਲਕ ਦੀ ਦਾਤ ਦਾ, ਬਿਲਕੁਲ ਜੀ। ਪਾਸੋਂ ਨੀ ਸੁਣੀ 10 ਕਿਲੋ ਦੁੱਧ ਦੇ ਤੇ ਰੇਟ ਸੁਣੋਗੇ ਤੇ ਪਰੇਸ਼ਾਨ ਹੋ ਜਾਓਗੇ ਤੁਸੀਂ। ਕੀ ਰੇਟ ਹੈ ਰਾਣਾ ਸਾਹਿਬ ਦਾ? ਰਾਣਾ ਸਾਹਿਬ ਰੇਟ ਤੇ ਇਹਦਾ ਭਾਵੇਂ 350,000 ਲਈਏ ਨਾ, ਅੱਛਾ 350 ਦੀ ਦੇ ਦਿੱਤੀ, ਠੀਕ ਹੈ। ਆਖਰੀ ਰੇਟ ਫਰਾਜ਼ ਸਾਹਿਬ ਇਹ ਝੋਟੀ ਦਾ ਫਾਈਨਲ 3,05,000 ਰੁਪਏ ਵੀ ਦੇ ਦਾਂਗੇ ਫਰਾਜ਼ ਸਾਹਿਬ। 3,05,000, 2,95,000 ਰੁਪਏ ਦੀ ਫਰਾਜ਼ ਸਾਹਿਬ ਝੋਟੀ ਘਰ ਪੈਂਦੀ, ਕੋਈ ਗੱਲ ਮੇਰੀ ਨਹੀਂ ਗੱਲ ਕੋਈ, 2,85,000 ਝੋਟੀ ਲਈ 10,000 ਖਰਚਾ, ਠੀਕ ਹੈ ਠੀਕ ਹੈ। ਪੂਰੇ 3,00,000 ਦੀ ਫਰਾਜ਼ ਸਾਹਿਬ ਝੋਟੀ ਦੇ ਦਾਂਗੇ ਜੀ, ਜ਼ਿੰਦਾਬਾਦ। ਹੁਣ ਵੀ ਫਰਾਜ਼ ਸਾਹਿਬ ਰਾਜ਼ੀ ਨਾ, ਹੁਣ ਆ ਫਾਈਨਲ ਹੋ ਗਿਆ ਜੀ, 2,00,000 ਪੂਰਾ, 3,00,000 2,00,000 ਨਹੀਂ ਤੇ 3,00,000 ਪੂਰਾ ਜੀ ਜੀ, ਬਿਹਤਰ ਹੋ ਗਿਆ ਪੂਰਾ। ਹੁਣ 3,00,000 ਕੋਈ 3-5 ਨਹੀਂ, ਨਾ 3.25 ਨੇ, 3,00,000 ਦੀ ਮਰਜ਼ੀ ਖੇਤਰ ਦੇ ਵਿੱਚ ਆ ਕੇ ਰੱਖਾਂ ਨਹੀਂ ਵੇਚਣਾ ਜੀ, ਬਿਹਤਰ ਹੋ ਗਿਆ। ਮਜ਼ੀਦ ਕੋ ਦੋਸਤਾਂ ਵਾਸਤੇ ਪੈਗਾਮ ਇਹ ਹੀ ਹੈ ਫਰਾਜ਼ ਸਾਹਿਬ ਕਿ ਰੇਟ ਮੇਰੇ ਜੇ ਪੂਰੇ ਪੰਜਾਬ ਪੂਰੇ ਪਾਕਿਸਤਾਨ 'ਚ ਮੇਰੇ ਵਰਗੇ ਕਿਸੇ ਰੇਟ ਨੇ ਤਾਂ ਤੁਸੀਂ ਦੱਸੋ, ਜਾਨਵਰਾਂ ਮੇਰਿਆਂ 'ਚ ਜੇ ਕੋਈ ਫਰਕ ਹੈ ਤਾਂ ਫਿਰ ਵੀ ਦੱਸੋ, ਠੀਕ ਹੈ। ਬਾਕੀ ਭਾਈਆਂ ਕੇ ਗੁਜ਼ਾਰਿਸ਼ ਹੈ ਕਿ ਯਾਰ ਮੈਂ ਬਿਮਾਰ ਆਦਮੀ ਹਾਂ, ਠੀਕ ਹੈ, ਅਤੇ ਰੇਟ ਮੈਂ 5-5-7,000 ਰੁਪਏ ਆਖਿਆ, ਠੀਕ ਹੈ। ਚਲੋ ਥੋੜ੍ਹਾ ਬਹੁਤਾ ਕੋਈ ਪਿਆਰ ਮੁਹੱਬਤ ਹੋ ਜਾਂਦਾ, ਲੇਕਿਨ ਐਡਾ ਲੰਮਾ ਜਿਹੜਾ ਮਾਰਜਨ ਜਿਹੜਾ ਨਾ ਫਜ਼ੂਲ ਮੁਹੱਬਤ ਦੀ ਬਹਿਸ ਕਰਨਾ ਉਹ ਤੋਂ ਪਰਹੇਜ਼ ਕਰੋ, ਜਿਹੜੀ ਗੱਲ ਦੱਸੀਏ ਹੱਕੀ ਸੱਚੀ ਦੱਸੀਏ, ਠੀਕ ਹੈ। ਬਾਕੀ ਭਾਈਆਂ ਦੇ ਅੱਗੇ ਗੁਜ਼ਾਰਿਸ਼ ਹੈ ਕਿ ਯਾਰ ਫਜ਼ੂਲ ਫੋਨ ਕਰਨਾ ਕਿ ਖਾਂਗੜੀ ਹੈ ਵੇ, ਕੱਟੀ ਹੈ ਵੇ, ਕੱਟਾ ਹੈ ਵੇ, ਉਹ ਚੱਕਰ ਸਾਡੇ ਕੋਲ ਕੋਈ ਨਹੀਂ ਕੋਈ ਵੀ, ਠੀਕ। ਸਾਈਕਲ ਵੀ ਸੇਲ ਕਰਨੀ ਹੈ ਫਰਾਜ਼ ਸਾਹਿਬ, ਇਹਨਾਂ ਵਾਸਤੇ ਤਾਂ ਲੱਗਾ ਵਾ, ਅੱਲਾ ਇਹਨਾਂ ਦੇ ਸਦਕੇ ਕਰਕੇ ਹੀ ਨਿਜ਼ਾਮ ਤੋੜਦਾ ਪਿਆ, ਨਹੀਂ ਤਾਂ ਮੈਂ ਤਾਂ ਅੱਜ ਤੋਂ ਹੱਡੀਆਂ ਨੂੰ ਸੀ ਫਰਾਜ਼ ਸਾਹਿਬ ਰਹਿਣੀਆਂ, ਠੀਕ ਹੈ, ਜਿਸ ਤਰ੍ਹਾਂ ਨਿਜ਼ਾਮ ਚੱਲਦਾ, ਠੀਕ ਹੈ। ਸ਼ੁਕਰ ਹੈ ਉਸ ਜ਼ਾਤ ਦਾ ਜਿਸ ਸਾਜ ਵੀ ਰੱਖੇ ਹੀਰੇ ਅੱਲਾ ਨੇ ਦਿੱਤੇ ਨੇ, ਅੱਲਾ ਪਾਕ ਇਹਨਾਂ ਦੇ ਸਦਕੇ ਕਰਕੇ, ਅੱਲਾ ਦੇ ਜ਼ਾਤ ਪਾਕ ਜੇ ਮੇਰੇ ਕੋਲ ਗਲਤੀ ਹੋਈ ਤਾਂ ਅੱਲਾ ਪਾਕ ਮੈਨੂੰ ਮਾਫ਼ ਕਰੇ, ਠੀਕ ਹੈ। ਅਤੇ ਬਾਕੀ ਹਫ਼ਤੇ ਵਾਲੇ ਦਿਨ ਜਿਸ ਭਾਈ ਨੂੰ ਕੋਈ ਗਾਂ ਚਾਹੀਦੀ ਹੈ, ਝੋਟੀਆਂ ਚਾਹੀਦੀਆਂ ਨੇ, 11 ਝੋਟੀਆਂ ਅਤੇ 6 ਵੈੜੀਆਂ, 16-17 ਜਾਨਵਰ ਮੇਰੇ ਹਫ਼ਤੇ ਇਤਵਾਰ ਨੂੰ ਆਉਣੇ ਨੇ, ਇਹ ਮਾਲ ਉਡਾਸ਼ਨ ਨਾ ਅੱਜ ਇਨਸ਼ਾਅੱਲਾ। ਜਗ੍ਹਾ ਥੋੜ੍ਹੀ ਹੈ, ਬੰਦਾ ਮਤਲਬ ਕਿ 1-2 ਹੀ ਹੈ ਮੇਰੇ ਕੋਲ ਅਤੇ ਪੱਠੇ ਵੀ ਘੱਟ ਨੇ, ਇਸ ਵਾਸਤੇ ਕਰਕੇ ਪੂਰਾ ਪੂਰਵਾ ਦਾ ਘਾਟਾ ਕਰਕੇ ਜਿਸ ਭਰਾ ਨੇ ਲੈ ਜਾਣੀਆਂ ਨੇ ਉਹਨੇ ਬਹੁਤ ਅੱਛਾ ਰਹਿਣਾ। ਬੜੀ ਮਿਹਰਬਾਨੀ ਫਰਾਜ਼ ਸਾਹਿਬ, ਅੱਲਾ ਜ਼ਿੰਦਗੀ ਦੇ ਤੁਹਾਨੂੰ ਵੀ ਤੇ ਸਾਨੂੰ ਵੀ, ਅੱਲਾ ਹਾਫਿਜ਼ ਜੀ। ਰਾਣਾ ਸਾਹਿਬ ਬਹੁਤ ਸ਼ੁਕਰੀਆ, ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਈ ਹੈ, ਇਜਾਜ਼ਤ ਚਾਹੁੰਦੇ ਹਾਂ, ਅੱਲਾ ਹਾਫਿਜ਼। ਸੀਪ ਕੋਈ ਕਰਨੀ ਗੱਲ?